एक नुकसान मेरे को एदा भी हैगा, देखी तेरे लत्तां मिंटो मिंट हट जाणगियां। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੈ ਕਮਰ? ਹਾਂ ਸਾਰੇ ਠੀਕ। ਆ ਜਾ ਬਈ। ਹੋਰ ਠੀਕ ਤੇ ਸਾਰੇ? ਹਾਂ ਸਾਰੇ ਠੀਕ ਸੀ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ। ਹੋਰ ਠੀਕ ਠਾਕ ਹੋ ਸਾਰੇ? ਹਾਂ ਸਾਰੇ ਠੀਕ ਠਾਕ। ਹੋਰ ਬਾਲ ਬੱਚੇ ਸਾਰੇ ਠੀਕ ਰਹੇ? ਹਾਂ। ਤਾਂ ਇੱਧਰ ਬਹਿ ਜਾ ਆਪਣੇ। ਬਸ ਇੱਥੇ ਰੋਕ ਲਈ ਤੇ ਕਮਲਾ, ਕੱਡੇ ਤੋਂ ਉੱਤਰ ਕੇ ਆਈਆਂ? ਨਾ ਭਾਬੀ, ਰੋਕ ਲਈ ਸੀ ਮੈਂ, ਕਹਿਤਾ ਸੀ ਕਨੈਕਟਰ ਵਧੀਆ ਸੀ ਵਿਚਾਰਾ, ਕਹਿੰਦਾ ਕੋਈ ਨਾ ਭਾਈ ਲਾ ਦਾਂਗੇ ਤੈਨੂੰ ਉਰੇ। ਅੱਛਾ, ਮੈਨੂੰ ਤਾਂ ਤੁਹਾਡੇ ਤੇ ਲਾਹੀ ਹੋਵੇਂ ਕਿਤੇ। ਚੱਲ ਵਧੀਆ ਹੋਇਆ, ਕਈ ਵਾਰ ਤੱਕ ਚੰਗੇ ਹੁੰਦੇ ਨੇ, ਕਈ ਕਈ ਤਾਂ ਲਾ ਆਉਂਦੇ ਨੇ ਆਪਣੇ ਪਾਰ ਗਏ, ਨਹੀਂ ਲਾਉਂਦੇ ਵੀ ਨਹੀਂ ਹੈਗੇ, ਗਾਂਠ ਪਾ ਕੇ ਲੈ ਆਉਂਦੇ ਨੇ, ਅੱਡੇ ਦੀ ਲਾਉਂਦੇ ਨੇ। ਔਰ ਮੈਨੂੰ ਵੀ ਐਸੀ ਵਾਂ, ਫਿਰ ਐਡੀ ਦੂਰ ਜਾਣਾ ਪਊਗਾ ਨਾ, ਰੋਕ ਲਈ ਸੀ। ਚੱਲ ਹੋਰ ਪੁੱਤ ਵਧੀਆ, ਫਿਰ ਦੂਰੋਂ ਤੈਨੂੰ ਆਉਣਾ ਔਖਾ ਹੋ ਜਾਣਾ। ਔਰ ਬੇਬੇ ਮੈਂ ਕੋਈ ਕਈ ਵਾਰੀ ਘਰੇ ਨਹੀਂ ਹੁੰਦਾ, ਬਾਈ ਵਰਗੇ ਨੂੰ ਫੋਨ ਕਰਨਾ ਪਊਗਾ ਫਿਰ। ਚੱਲ ਪਾਣੀ ਲੈ ਕੇ ਆਉਣੀ ਆ। ਮੈਨੂੰ ਭਾਬੀ ਮਾੜਾ ਜਿਹਾ ਕੋਸਾ ਕਰ ਲਈ ਪਾਣੀ। ਨਾ ਕੋਈ ਨਾ ਬਾਈ, ਕੋਸੇ ਪੀਨੇ ਅਸੀਂ ਵੀ, ਕੋਈ ਨਾ ਕੋਸਾ ਕਰਕੇ ਦੇਵਾਂਗੇ। ਹੋਰ ਬੇਬੇ ਯਾਰ, ਉੱਤ ਚ ਤਾਂ ਕੋਸਾ ਹੀ ਪਾਣੀ ਲੋਟ ਰਹਿੰਦਾ ਹੁਣ। ਹੋਰ ਪੁੱਤ ਅਸੀਂ ਤਾਂ ਆਪ 20-25 ਦਿਨ ਹੋ ਗਏ ਕੋਸਾ ਹੀ ਕਰਕੇ ਪੀਨੇ ਆ ਪੁੱਤ। ਹੋਰ ਵਧੀਆ ਬੇਬੇ, ਹੋਰ ਠੀਕ ਰਹਿੰਦਾ ਫਿਰ। ਕਮਲ ਆ ਰਹੀ ਹੈ? ਹਾਂ। ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ। ਹੋਰ ਸਾਰੇ ਠੀਕ ਸੀ ਕਮਲਾ? ਹਾਂ ਸਾਰੇ ਠੀਕ ਠਾਕ ਭਾਬੀ। ਚਲ ਵਧੀਆ ਗੱਲ ਹੈ। ਹਾਂ ਬੇਬੇ, ਕਿਵੇਂ ਸੱਦਿਆ ਸੀ ਮੈਨੂੰ? ਤੂੰ ਕਹੀਂ ਜ਼ਰੂਰੀ ਗੱਲ ਕਰਨੀ ਹੈ ਕਿ ਤੇਰੇ ਨਾਲ ਬਹਿ ਕੇ, ਮੈਨੂੰ ਤਾਂ ਫਿਕਰ ਜਿਹਾ ਲੱਗਿਆ ਪਿਆ ਸੀ, ਸੁੱਖ ਸ਼ਾਂਤ ਤਾਂ ਹੈਗੀ ਹੈ? ਮੈਂ ਤੈਨੂੰ ਕੀ ਦੱਸਾਂ ਕਮਲ, ਮੈਂ ਤਾਂ ਬਾਹਲੀ ਦੁਖੀ ਹੋਈ ਪਈਆਂ ਧੀਏ, ਮੈਨੂੰ ਤਾਂ ਇਹਨਾਂ ਨੇ ਦੋਏ ਜਣੀਆਂ ਨੇ ਬਾਹਲੀ ਦੁਖੀ ਕਰਕੇ। ਇਹਨਾਂ ਦੋਨਾਂ ਨੇ ਤਾਂ ਪੁੱਤ ਆਪਣੇ ਪਰਿਵਾਰ ਦੀ ਰੀਤ ਹੀ ਤੋੜਤੀ। ਰੀਤ ਤੋੜਤੀ? ਇਹੀ ਜਿਹਾ ਕੀ ਕਰਤਾ ਇਹਨਾਂ ਦੋਨਾਂ ਨੇ? ਪੁੱਤ ਮਹੀਨਾ ਹੋ ਗਿਆ ਇਹਨਾਂ ਦਾ ਰੋਜ਼ ਕਲੇਸ਼ ਰਹਿੰਦਾ ਆਪਸ, ਇਹ ਤਾਂ ਇੱਕ ਦੂਜੀ ਦੀਆਂ ਦੁਸ਼ਮਣ ਬਣੀਆਂ ਪਈਆਂ ਨੇ। ਅੱਛਾ ਬੇਬੇ। ਹੋਰ ਮੈਂ ਤਾਂ ਇਹਨਾਂ ਨੂੰ ਬਥੇਰਾ ਸਮਝਾਇਆ ਵੀ ਆਪਣੇ ਪਰਿਵਾਰ 'ਚ ਆਹ ਗੱਲ ਨਹੀਂ ਚੱਲਣੀ ਭਾਈ, ਜੱਸਾ ਤੇ ਬਿੰਦਰ ਤਾਂ ਹੋਰ ਹਿਸਾਬ ਕਿਤਾਬ ਦੇ ਬੰਦੇ ਨੇ, ਉਹਨਾਂ ਦਾ ਤਾਂ ਆਪਸ ਮੈਂ ਪਿਆਰ ਵਾਲਾ, ਜੇ ਉਹਨਾਂ ਨੂੰ ਤੁਹਾਡੀ ਲੜਾਈ ਦਾ ਪਤਾ ਲੱਗ ਗਿਆ ਕੰਮੀ ਖਰਾਬ ਹੋ ਜੂ, ਉਹਨਾਂ ਨੇ ਤਾਂ ਦਿਲ ਤੇ ਗੱਲ ਲਾ ਲੈਣੀ ਹੈ। ਹੋਰ ਬੇਬੇ, ਜੱਸਾ ਤੇ ਬਿੰਦਰ ਤਾਂ ਸ਼ੁਰੂ ਤੋਂ ਇਹੀ ਜੇ ਨੇ, ਉਹ ਤਾਂ ਗੱਲ ਦਿਲ ਤੇ ਬਾਲਾ ਛੇਤੀ ਲਾਉਂਦੇ ਨੇ ਦੋਨੇ ਭਾਈ। ਹੋਰ ਮੈਨੂੰ ਯਾਦ ਹੈ ਬੇਬੇ, ਜਦੋਂ ਮੈਂ ਛੋਟੀ ਜੀ ਹੁੰਦੀ ਸੀ ਤੇਰੀ ਤੇ ਬਾਪੂ ਦੀ ਲੜਾਈ ਹੋ ਗਈ ਸੀ, ਜੱਸੇ ਤੇ ਬਿੰਦਰ ਨੂੰ ਪਤਾ ਲੱਗ ਗਿਆ, ਉਹਨਾਂ ਨੇ 5 ਦਿਨ ਰੋਟੀ ਨਹੀਂ ਖਾਧੀ ਸੀ। ਹਾਂ ਦੇਖ ਲੈ, ਉਦੋਂ ਮੈਂ ਤਾਂ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਮਸਾਂ ਸਮਝਾਇਆ ਵੀ ਭਾਈ ਸਾਡੀ ਕੋਈ ਲੜਾਈ ਨਹੀਂ ਹੋਈ ਹੈਗੀ। ਫੇਰ ਮੈਂ ਤੇਰੇ ਮਾਮੇ ਮਾਮੀ ਨੂੰ ਸੱਦਿਆ, ਉਹਨਾਂ ਨੇ ਮੱਥਾ ਮਾਰਿਆ ਇਹਨਾਂ ਨਾਲ, ਫੇਰ ਠੀਕ ਹੋਏ ਇਹ ਕਿਤੇ ਜਾ ਕੇ। ਮੇਰੇ ਯਾਦ ਹੈ ਬੇਬੇ, ਇਹ ਤਾਂ ਬਾਹਲੀ ਗੱਲ ਦਿਲ ਤੇ ਲਾਉਂਦੇ ਨੇ ਨਾ, ਹੁਣ ਬਾਈ ਹੋਰਾਂ ਨੂੰ ਇਹਨਾਂ ਦੇ ਕਲੇਸ਼ ਦਾ ਪਤਾ ਲੱਗ ਗਿਆ? ਨਹੀਂ, ਕਿੱਥੇ ਪਤਾ ਲੱਗ ਗਿਆ, ਇਸੇ ਗੱਲ ਤੋਂ ਤਾਂ ਮੈਂ ਡਰਦੀ ਹਾਂ ਵੀ ਜੇ ਉਹਨਾਂ ਨੂੰ ਪਤਾ ਲੱਗ ਗਿਆ ਕੰਮ ਖਰਾਬ ਹੋ ਜੂ ਪੁੱਤ। ਮੈਂ ਇਹਨਾਂ ਨੂੰ ਵੀ ਬਹੁਤ ਸਮਝਾਇਆ ਵੀ ਤੁਸੀਂ ਉਹਨਾਂ ਬਾਰੇ ਸੋਚ ਲਓ, ਉਹ ਮਾੜੀ ਮਾੜੀ ਗੱਲ ਪੁੱਤ ਦਿਲ ਤੇ ਲਾ ਲੈਂਦੇ ਨੇ ਵੀ ਜੇ ਉਹਨਾਂ ਨੂੰ ਤੁਹਾਡੇ ਕਲੇਸ਼ ਦਾ ਪਤਾ ਲੱਗ ਗਿਆ ਉਹ ਖਾਣਾ ਪੀਣਾ ਛੱਡ ਜਾਣਗੇ। ਹੋਰ ਬੇਬੇ, ਉਹੀ ਤਾਂ ਗੱਲ ਹੈ, ਇਹਨਾਂ ਦੋਨਾਂ ਜਣੀਆਂ ਨੂੰ ਹੋ ਕੀ ਗਿਆ, ਇਹ ਆਪਸ 'ਚ ਇੰਨਾ ਕਲੇਸ਼ ਕਾਹਤੋਂ ਕਰਦੀਆਂ ਨੇ? ਇਹੀ ਜੀ ਕੀ ਗੱਲ ਹੋ ਗਈ ਇਹਨਾਂ 'ਚ ਵੀ ਵਧੀਆ ਤੁਸੀਂ ਹੈਗੀ ਹੋ, ਚੰਗੀਆਂ ਭਲੀਓ, ਆਪਸ 'ਚ ਬਣਾ ਕੇ ਰੱਖੋ, ਕੀ ਹੋ ਗਿਆ ਬੇਬੇ ਇਹਨਾਂ ਨੂੰ? ਪਤਾ ਨਹੀਂ ਪੁੱਤ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ, ਪਹਿਲਾਂ ਵਧੀਆ ਬਣਦੀ ਹੁੰਦੀ ਤੀ ਇਹਨਾਂ ਦੀ, ਆਹ ਮਹੀਨਾ ਡੂਢ ਮਹੀਨੇ ਦੀ ਕਿਚ ਕਿਚ ਹੋਣ ਲੱਗਿਆ ਇਹਨਾਂ ਦੀ, ਹੁਣ ਤਾਂ ਕੰਮ ਬਾਲਾ ਵੱਧ ਗਿਆ, ਇਹ ਤਾਂ ਹੱਥੋਂ ਪਾਈ ਹੋ ਜਾਂਦੀਆਂ ਨੇ, ਮੈਂ ਤਾਂ ਮਸਾਂ ਛਡਾਉਣੀਆਂ ਇਹਨਾਂ ਨੂੰ। ਕਈ ਵਾਰ ਤਾਂ ਮੈਨੂੰ ਵੀ ਧੱਕੇ ਮਾਰ ਜਾਂਦੀਆਂ ਨੇ ਜਦੋਂ ਕਿਤੇ ਬਾਹਲੇ ਗੁੱਸੇ 'ਚ ਆਈਆਂ ਹੁੰਦੀਆਂ ਨੇ। ਲੈ ਕਮਾਲ ਹੋ ਗਈ ਬੇਬੇ, ਜਦੋਂ ਆਪਾਂ ਇਹਨਾਂ ਨੂੰ ਕੋਈ ਚੰਗਾ ਭਲਾ ਸਮਝਾਇਆ ਸੀ ਪਹਿਲਾਂ ਵੀ ਭਾਈ ਸਾਡੇ ਘਰ 'ਚ ਇਹ ਕੰਮ ਨਹੀਂ ਚੱਲਣਾ, ਆਪਸ 'ਚ ਭੈਣਾਂ ਵਾਂਗੂ ਰਹਿਣਾ ਪਊਗਾ ਤੁਹਾਨੂੰ, ਹੁਣ ਇਹ ਆਪਣੀ ਕਹੀ ਗੱਲ ਭੁੱਲ ਗਈਆਂ? ਹੋਰ ਭੁੱਲ ਗਈਆਂ, ਮੈਂ ਤਾਂ ਇਹਨਾਂ ਨੂੰ ਸਮਝਾ ਸਮਝਾ ਥੱਕ ਗਈ, ਇਹਨਾਂ 'ਤੇ ਨਹੀਂ ਕੋਈ ਅਸਰ ਹੁੰਦਾ ਹੈਗਾ। ਕੋਈ ਗੱਲ ਨਹੀਂ ਬੇਬੇ, ਮੈਂ ਕਰਦੀ ਇਹਨਾਂ ਨਾਲ ਗੱਲ। ਭਾਬੀ ਅਸੀਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਵੀ ਆਪਣੇ ਘਰ 'ਚ ਇਹ ਕੰਮ ਨਹੀਂ ਚੱਲਣਾ, ਜੱਸੇ ਬਾਈ ਦਾ ਤੇ ਬਿੰਦਰ ਦਾ ਸੁਭਾਅ ਵੱਖਰੀ ਕਿਸਮ ਦਾ ਹੈ ਹੋਰਾਂ ਬੰਦਿਆਂ ਨਾਲੋਂ, ਉਹ ਮਾੜੀ ਮਾੜੀ ਗੱਲ ਦਿਲ ਤੇ ਲਾ ਜਾਂਦੇ ਨੇ, ਘਰੇ ਕਲੇਸ਼ ਤਾਂ ਜਮੀ ਬਰਦਾਸ਼ਤ ਨਹੀਂ ਕਰਦੇ ਦੋਨੇ ਭਾਈ। ਹੁਣ ਤੁਸੀਂ ਇਹ ਕੀ ਕੰਮ ਫੜ ਲਿਆ, ਉਧਰ ਬੇਬੇ ਵਾਲੀ ਚਿੰਤਾ 'ਚ ਪੈ ਰਹੀ ਹੈ, ਇਹ ਕੰਮ ਤੁਹਾਨੂੰ ਬੰਦ ਕਰਨਾ ਪਊਗਾ ਭੈਣੇ, ਜੇ ਬਾਈ ਹੋਰਾਂ ਨੂੰ ਪਤਾ ਲੱਗ ਗਿਆ ਬਾਲਾ ਕੰਮ ਖਰਾਬ ਹੋ ਜੂ। ਮੇਰੀ ਗੱਲ ਸੁਣ ਕਮਲ, ਜੇ ਤੂੰ ਕਹਿੰਦੀ ਹੈ ਮੈਂ ਇਹਦੇ ਨਾਲ ਬਣਾ ਕੇ ਰੱਖਾਂ, ਇਹ ਤਾਂ ਨਹੀਂ ਹੁਣ ਮੇਰੀ ਨਹੀਂ ਇਹਦੇ ਨਾਲ ਬਣ ਸਕਦੀ, ਇਹ ਮੈਂ ਤੈਨੂੰ ਦੱਸਤਾ, ਮੈਂ ਤਾਂ ਸਮਾਂ ਇਹ ਸੋਚੀ ਜਾਂਦੀ ਹਾਂ ਵੀ ਮੈਂ ਬਿੰਦਰ ਨੂੰ ਕਹਿ ਕੇ ਕਿਸੇ ਲੋਟੇ ਦੇ ਨਾਲ ਵੱਢ ਹੋਵਾਂ। ਨਾ ਮੇਰੀ ਕਿਹੜੇ ਤੇਰੇ ਨਾਲ ਬਣ ਜੂ, ਮੇਰੀ ਵੀ ਨਹੀਂ ਤੇਰੇ ਨਾਲ ਬਣ ਸਕਦੀ, ਮੈਂ ਤਾਂ ਆਪ ਕਮਲ ਜੱਸੇ ਨਾਲ ਗੱਲ ਕਰਨੀ ਹੈ ਵੀ ਮੈਂ ਤਾਂ ਅੱਡ ਹੋਣੇ।
जिन्हें चिर यह मेरे सामने रहूगी मेरे तो नहीं बर्दाश्त होंगी। मैं तो बहुत कोशिश करी थी भी ये मेरी बनी रहे ना, हूँ नहीं बन सकती ये मेरी। मैं भी बथेरी कोशिश करी सी तेरे नाल बना के रख दी, पर हूँ मैं सोच लिया ना मेरी नहीं बन सकती तेरे नाल। बनाउनी तो पैनी है भाभी सोनू दोनों नू। ना ना तू बनाउन दी गल करदी है कमल, मैं तो शकल नहीं पसंद करदी। मैं केड़ा तेरी पैड़ी शकल देखना पसंद करदी हां, मुंह संभाल के गल करन वाले चपेड़ा मारूं मैं तेरे मुंह ते। तू मार के तो दिखा, दिखा मैं तेनू तजर्बा हुणी। ले फिर मारा। ओहो भाभी तुसीं तां मेरे सामने ही डिगदी हां। मैं तैनू दसदा कमल मैं तां अड करा दे बस, मेरी नहीं इहदे नाल बनदी। ओहो भाभी मेरी गल तां सुन तू। देख कमल मैनू चाहे दुनिया का कोई मर्जी काम कह दे, चाहे मेरी तू जान मांग ला मैं तेनू जान भी दे दूंगी, पर मैनू यह काम करनू ना कहीं, मेरी नहीं इहदे नाल बन सकती। हुण तां बाहर ही फिक पैगी मन च। तू ही मेरी मन ले भाभी। सारियां मन लूं भैणे पर आ नहीं मन सकदी। और कमल ठीक ठाक है सारे उथे? हाँ भाई सारे ठीक ठाक। मेरे ही बड़ा जी जा करी जाना तीन चार दिन का मां चल मैं बाई होरां नूं मिले आउनी नाले बेबे नूं मिले आउनी आ, फिर मैं सोच ले मां चल अज्जी जानी आ। चल वधिया करिया। और मैं ते भाई भी याद करी जांदे सी, अज ही तैनूं याद करके हटे सीगे। मां ला कमल निक्की जी हुंदी साडे नाल जिद करन लग जांदी, साइकल ते मूहरे बैठ के जांदी खेत, कहे नहीं मैं भी खेत जाणा मैं भी खेत जाणा। हां भाई मैं तां बाली जिद्दण सी, मैं तां रोण लग जांदी कदे बापू मांगर वग जांदी कदे छोटे मांगर वग जांदी। होर मैं तां आप तैनूं मसां रोकदी, तू तां लिटण लग जांदी थल्ले। सही गल है, लिटण तां इहो दी लग जांदी माड़े जे ते। अज रहेगी कमल फिर? हां भाई पहले तां मेरा जाण दा इरादा सी, मैं चल कल नूं वग जूं। कल नूं वग जी, किहड़ा रोज आउनी है तू? ऐ कर लो होर रह। सही गल है, चल चंगा होया पुत्त जिहड़ा तू अज रहे पी, इहनां नाल होर मत्था मार के देख लै की तां इह समझी जाण। मैं तां बेबे बथेरा समझा के देख लिया, मैनू तां नहीं लगदा इह समझणगीआं। चल जे तू बाला कर दिया मैं होर मत्था मार के देख लैनी आ किहड़ा। हां मैं सजी हुण लैती बेबे। हाँ पुत्ते हुण लैती है, डूढ़ महीना हो गया तोकड़ जी, उदो तू आई थी तैं देखी नहीं उदो? ना मेरे तो याद नहीं गल, उधर ही मुड़ गई फिर मैं। अच्छा होर इधर तो मैं आई हुई नहीं, ख्याल नहीं करया था। हाँ चल आ जा उधर। बारी बारी ये गल करन दा फायदा ही नहीं कमल, मेरी इहदे नाल बनी नहीं सकदी। हाँ जे तू कर सकदी है तां इन्ना कर दे, सानू अड करा दे। बू बे रब्बा कमल तू मेरी गल नूं समझण दी कोशिश कर भाई, मैं तां बहुत कोशिश करी तेरे नाल बना के रखण दी। मैं तां इत्थों तक भी सोचा थी भाई इहदे नाल सखियां भैणां वांगू रहा करूंगी, पर इहदा एड्डा गंदा सवा, एड्डा गंदा सवा, मैं नहीं किसे दा देखणा। मेरी नहीं हुण बन सकदी इहदे नाल, मेरी तां तेरे मूहरे आही बेनती है भावण के हथ बन के मैनूं ना इह गल बारे कही। पौने 11 बजे आउंदी भैणे बस। दसे पुत्त चढ़ाया भैण नूं? चंगा पुत्त जवाकां दा सिर पलोसी ना कोई ले। बड़ा जब होया यार, मैं तो आप परेशान हो रहा। फिर हरा तो वड मंगा अपा डीकी जाने खड़े। अच्छा अच्छा करके लेट
ਚਲ ਕੋਈ ਨਾ ਯਾਰ ਤੁਹਾਡੇ ਤਾਂ ਫਿਰ ਬਾਲਾ ਗਿੱਲਾ ਪੇਹਣ ਪੈ ਰਿਹਾ ਹਾਂ ਜੀ ਹੈ ਨਾ ਤੇਰੇ ਵੀ ਸਾਰੇ ਦੀ ਗੱਲ ਨਹੀਂ ਹੈਗੀ ਯਾਰ ਬਹੁਤ ਔਖਾ ਜੱਗੀ ਬੰਦਾ ਵੀ ਕੀ ਕਰੂਗਾ ਫਿਰ ਹਾਂਜੀ ਕਲੇਸ਼ ਦਾ ਮੂੰਹ ਤਾਂ ਕਾਲਾ ਹੀ ਹੁੰਦਾ ਇਸ ਗੱਲੋਂ ਭਰਾਵਾ ਸਾਡੇ 'ਤੇ ਤਾਂ ਮਿਹਰਬਾਨ ਹੈ ਰੱਬ ਸਾਡੇ ਘਰੇ ਤਾਂ ਬਹੁਤ ਵਧੀਆ ਇਸ ਗੱਲੋਂ ਤਾਂ ਨਹੀਂ ਚਿੰਤਾ ਆਪਾਂ ਨੂੰ ਕੋਈ ਹੈ ਤਾਂ ਸ਼ੁਕਰਾਨਾ ਕਰਦੇ ਹਾਂ ਰੱਬ ਦਾ ਤੜਕੇ ਉੱਠ ਕੇ ਵੀ ਆਹ ਗੱਲ ਤੋਂ ਤਾਂ ਬਚੇ ਹੋਏ ਹਾਂ ਕੋਈ ਗੱਲ ਨਹੀਂ ਰੋਟੀ ਤਾਂ ਬੰਦਾ ਇੱਕ ਦੀ ਚਾਹੇ ਅੱਧੀ ਖਾ ਲੇ ਪਰ ਆਹ ਕਲੇਸ਼ ਵਾਲਾ ਵਾਲਾ ਕੰਮ ਗਲਤ ਹੋ ਜਾਂਦਾ ਚੱਲ ਕੋਈ ਨਾ ਚੱਲ ਕੋਈ ਗੱਲ ਨਹੀਂ ਵੜਤਾ ਹਰਾ ਤਾਂ ਅਸੀਂ ਆਹ ਪਾ ਲਿਆ ਚੱਕ ਲੈਂਦੇ ਹਾਂ ਸਿੱਟ ਦਿੰਦੇ ਹਾਂ ਉੱਥੇ ਫਿਰ ਪਾਣੀ ਦੀ ਵਾਰੀ ਆ ਨਾ ਕੱਲ ਨੂੰ ਨਹਿਰੀ ਕਣਕ ਚ ਪਾਣੀ ਲਾਈ ਦੇ ਹੋਰ ਸਾਰੀ ਭਰ ਦਿਆਂਗੇ ਵਧੀਆ ਸਮਾਂ ਲੈ ਭਾਂਡਿਆਂ ਦਾ ਢੇਰ ਲੱਗਿਆ ਪਿਆ ਕਿਸੇ ਨੇ ਵੀ ਨਹੀਂ ਧੋਤੇ ਭਾਂਡੇ ਸੁਖਪਾਲ ਭਾਂਡਿਆਂ ਦਾ ਢੇਰ ਲੱਗਿਆ ਪਿਆ ਭਾਂਡੇ ਤਾਂ ਮਾਂਜ ਦੇਣੇ ਤੇ ਮੈਂ ਤਾਂ ਭਾਂਡੇ ਸਾਰੇ ਮਾਂਜਤੇ ਤੇ ਬੇਬੇ ਜਦੋਂ ਮੈਂ ਤੇ ਜੱਸੇ ਨੇ ਰੋਟੀ ਖਾਧੀ ਹੈ ਇਹ ਤਾਂ ਤੁਸੀਂ ਖਾਧੀ ਹੈ ਮਗਰੋਂ ਰੋਟੀ ਉਹ ਨਹੀਂ ਮਾਂਜਣੇ ਤੇ ਤਾਂ ਪੰਮੀ ਪੁੱਤ ਭਾਂਡੇ ਤਾਂ ਮਾਂਜ ਦਿੰਦੀ ਭਾਂਡਿਆਂ ਦਾ ਢੇਰ ਲੱਗਿਆ ਪਿਆ ਲੈ ਮੈਂ ਕਿਹੜਾ ਠੇਕਾ ਲੈਤਾ ਬੇਬੇ ਕੱਲੀ ਨੇ ਭਾਂਡੇ ਮਾਂਜਣ ਦਾ ਇਹ ਮਾਂਜ ਦਿੰਦੀ ਨਾ ਮੈਂ ਕੀ ਮਾਂਜਾਂ ਮੈਂ ਤਾਂ ਮਾਂਜ ਤੇ ਦੇਣਾ ਜੱਸੇ ਰੋਟੀ ਖਾਧੀ ਹੈ ਤੁਸੀਂ ਬਾਅਦ ਚ ਰੋਟੀ ਖਾਧੀ ਤਾਂ ਮਾਂਜਣੇ ਦੇ ਭਾਂਡੇ ਖਾਧੀ ਹੈ ਤੂੰ ਬਾਅਦ ਚ ਖੜੀ ਹੋ ਕੇ ਭਾਂਡੇ ਮਾਂਜਦੇ ਚੁੱਪ ਕਰਕੇ ਬਣੀਏ ਚੁੱਪ ਕਰਨ ਦੀ ਮੈਂ ਕੋਈ ਮਾਂਜਦੀ ਤੂੰ ਮਾਂਜਦੇ ਤੂੰ ਮਾਂਜਦੇ ਖੜੀ ਹੋ ਕੇ ਨੀ ਨਾ ਨਾ ਤੁਸੀਂ ਲੜੋ ਨਾ ਮੈਂ ਮਾਂਜ ਦਿੰਨੀ ਆ ਭਾਂਡੇ ਨਾ ਦੇਵੇ ਤੂੰ ਕਿਉਂ ਮਾਂਜੇ ਭਾਂਡੇ ਤੈਨੂੰ ਕੀ ਲੋੜ ਆ ਨਾ ਠੰਡੇ ਭਾਂਡੇ ਚ ਥਟਵਾਉਣ ਦੀ ਇਹ ਮਾਂਜੇ ਮੈਂ ਤਾਂ ਕੋਈ ਨਹੀਂ ਮਾਂਜਦੀ ਤੂੰ ਮਾਂਜ ਨਾਲੇ ਮੇਰੇ ਨਾਲ ਵੱਧ ਘੱਟ ਬੋਲਣ ਦੀ ਲੋੜ ਨਹੀਂ ਮੈਂ ਚੁਪੇੜਾ ਮਾਰ ਕੇ ਮੂੰਹ ਰੰਗ ਦੂ ਤੇਰਾ ਰੰਗ ਕੇ ਦੇਖਾ ਜਾ ਤੇ ਭਲੇਖੇ 'ਚ ਫਿਰਦੀ ਹੋਵੇਂ ਗੁੱਤ ਨਹੀਂ ਫੜ ਕੇ ਨਾ ਸਾਰੇ ਵੇੜੇ 'ਚ ਕਿਹੜੀ ਸੀ ਫਿਰੂੰਗੀ ਵਾਲੀ ਚਾਂਪਲੀਆਂ ਤੂੰ ਮੇਰੇ ਹੱਥਾਂ ਲਾ ਕੇ ਦਿਖਾ ਦੇ ਮਾਂ ਪਤਾ ਤੈਨੂੰ ਤੂੰ ਕੀ ਕਰ ਦੇਂਗੀ ਲੈ ਨਾ ਮੈਂ ਤੇਰੇ ਮੂੰਹ ਕੜੀ ਕਿੱਦਾਂ ਦੀ ਦੇਖੀ ਜਾਨੀ ਟਿਕ ਜਾ ਨਾਲ ਜਾ ਟਿਕ ਜਾ ਤੂੰ ਦੱਸ ਤੂੰ ਕੀ ਕਰੇਂਗੀ ਮੇਰਾ ਨਹੀਂ ਹਰ ਜੀ ਨਹੀਂ ਹਰ ਜੋ ਨਹੀਂ ਮੇਰੇ ਨਾਲ ਹੋ ਜਾ ਮੈਨੂੰ ਦੇਖ ਲੈ ਹਰ ਕਿੱਦਾਂ ਹੀ ਦੇਖੀ ਦੇ ਗੁੱਸਾ ਤੇ ਬਿੰਦਰ ਆ ਗਏ ਨਾ ਕਿੱਥੇ ਨੇ ਬੇਬੇ ਜੱਸੇ ਹਰੀ ਨਹੀਂ ਮੈਂ ਤਾਂ ਤੁਹਾਨੂੰ ਜਾਣ ਕੇ ਕਿਹਾ ਸੀ ਹਟਾਉਣ ਦੀ ਮਾਰੀ ਨੇ ਚੱਲ ਚੱਲ ਹੁਣ ਨਹੀਂ ਤੁਸੀਂ ਲੜਨਾ ਜਾ ਪੰਮੀ ਤੂੰ ਆਪਦਾ ਕੰਮ ਕਰ ਲੈ ਬਣੀ ਕੀ ਫਿਰਦੀ ਏ ਇਹ ਬਣੀ ਤਾਂ ਤੂੰ ਫਿਰਦੀ ਐ ਮੈਂ ਕੀ ਬਣਨਾ ਸੀ ਚੰਬੜੀ ਐ ਬਾਈ ਬਚ ਗਈ ਨਾ ਤੂੰ ਅੱਜ ਮੇਰੇ ਤੋਂ ਚੱਲ ਸੁਖਪਾਲ ਚੁੱਪ ਕਰ ਤੂੰ ਹੁਣ ਨਹੀਂ ਕੁਛ ਬੋਲਣਾ ਬਹਿ ਜਾ ਬਹਿ ਜਾ ਬੇਬੇ ਮੈਂ ਤੈਨੂੰ ਕਿੱਦਾਂ ਨਹੀਂ ਕਹੀ ਜਾਣੀ ਆ ਵੀ ਸਾਨੂੰ ਅੱਡ ਕਰਦੇ ਅੱਡ ਕਰਦੇ ਨਹੀਂ ਇਹਦਾ ਸਿਰ ਪਾੜ ਜੂਗਾ ਮੇਰੇ ਤੋਂ ਸਿਰ ਤਾਂ ਤੇਰਾ ਪਾੜ ਜੂ ਕਦੇ ਨਾ ਕਦਾਈ ਮੇਰੇ ਤੋਂ ਬੇਬੇ ਸੱਚੀ ਗੱਲ ਐ ਅੱਡ ਕਰਦੇ ਸਾਨੂੰ ਜੇ ਇਹਨੂੰ ਬਚਾਉਣਾ ਤਾਂ ਹਾਂ ਬੇਬੇ ਬਚਾ ਲਓ ਮੈਨੂੰ ਨਹੀਂ ਇਹਦੇ ਕਤਲ ਦਾ ਪਰਚਾ ਪੈ ਜੂ ਮੇਰੇ ਤੇ ਮੇਰੇ ਤੋਂ ਇਹਨੇ ਕਦੇ ਮਰ ਜਾਣਾ ਹੁਣ ਤਾਂ ਮੈਨੂੰ ਪਤਾ ਲੱਗੀ ਗਿਆ ਵੀ ਤੁਸੀਂ ਅੱਡ ਹੋਏ ਤੋਂ ਬਿਨਾਂ ਨਹੀਂ ਟਿਕਦੀਆਂ ਪਰ ਮੇਰੇ ਤੋਂ ਤਾਂ ਜੱਸੇ ਤੇ ਵਿੰਦਰ ਨਾਲ ਗੱਲ ਨਹੀਂ ਹੋਣੀ ਮੈਨੂੰ ਤਾਂ ਕਮਲ ਬੁਲਾਉਣੀ ਪਊਗੀ ਉਹੀ ਉਹਨਾਂ ਨਾਲ ਗੱਲ ਕਰੂਗੀ ਪਰ ਹੁਣ ਤਾਂ ਟਿਕ ਜਾਓ ਮੈਂ ਹੱਥ ਬੰਨਦੀ ਹਾਂ ਤੁਹਾਡੇ ਮੂਹਰੇ ਹੁਣ ਤਾਂ ਮੈਨੂੰ ਵੀ ਪਤਾ ਲੱਗ ਗਿਆ ਕਮਲ ਵੀ ਇਹਨਾਂ ਨੂੰ ਅੱਡ ਕਰੇ ਤੋਂ ਬਿਨਾਂ ਸਰਨਾ ਨਹੀਂ ਨਹੀਂ ਇਹ ਇੱਕ ਦੂਜੀ ਦਾ ਕਤਲ ਕਰ ਦੇਣਗੀਆਂ ਇਹ ਤਾਂ ਕੱਲ੍ਹ ਫਿਰ ਜੱਫ ਮਜੱਫੇ ਹੋ ਗਈਆਂ ਮੈਂ ਤਾਂ ਮਸਾਂ ਸਟਾਈਆਂ ਕੀ ਕਰੀਏ ਬੇਬੇ ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਇਹ ਕਿਹੜਾ ਕਿਸੇ ਕੰਜਰ ਦੀ ਮੰਨਦੀਆਂ ਨੇ ਹੁਣ ਕੱਲ੍ਹ ਕਿਹੜੀ ਗੱਲ ਪਿੱਛੇ ਲੜ ਪਈਆਂ ਭਾਂਡਿਆਂ ਦਾ ਢੇਰ ਲੱਗਿਆ ਪਿਆ ਤੀ ਉਰੇ ਮੈਂ ਕਿਹਾ ਭਾਈ ਤੁਸੀਂ ਭਾਂਡੇ ਕਿਉਂ ਨਹੀਂ ਮਾਂਜੇ ਲੜ ਪਈਆਂ ਜੱਫ ਮਜੱਫੇ ਹੋ ਗਈਆਂ ਦੋਨੇ ਫਿਰ ਇਹ ਕਹਿੰਦੀ ਉਹ ਧੋਵੇ ਉਹ ਕਹਿੰਦੀ ਇਹ ਧੋਵੇ ਲੜ ਪਈਆਂ ਮੈਂ ਤਾਂ ਮਸਾਂ ਛਡਾਈਆਂ ਜੱਫ ਮਜੱਫੇ ਹੋ ਗਈਆਂ ਮੈਂ ਆਖਿਆ ਇੱਕ ਦੂਜੀ ਨੂੰ ਮਾਰਨਗੀਆਂ ਤਾਂ ਇੱਕ ਦਿਨ ਇਹ ਤਾਂ ਪਹਿਲਾਂ ਲੜ ਪਈਆਂ ਤੀਆਂ ਇੱਕ ਨੇ ਘੋਟਣਾ ਚੱਕ ਲਿਆ ਇੱਕ ਨੇ ਥੱਪਾ ਚੱਕ ਲਿਆ ਮਸਾਂ ਛਡਾਈਆਂ ਤੀ ਮੈਂ ਤਾਂ ਉਹਦੇ ਮੈਂ ਤਾਂ ਕੱਲ੍ਹ ਵੀ ਡਰਦੀ ਡਰਦੀ ਨੇ ਛਡਾਈਆਂ ਮੈਂ ਤਾਂ ਐਂ ਕਹਿੰਦੀ ਹਾਂ ਕਮਲ ਵੀ ਆਪਾਂ ਕਿਸੇ ਸਿਹਾਬ ਨਾਲ ਇਹਨਾਂ ਨੂੰ ਅੱਡ ਕਰੀ ਦਿੰਦੇ ਹਾਂ ਦੇਖ ਪੁੱਤ ਮੇਰਾ ਤਾਂ ਐਡਾ ਜਿਗਰਾ ਨਹੀਂ ਹੈਗਾ ਤੂੰ ਕਿਸੇ ਸਿਹਾਬ ਨਾਲ ਗੱਲ ਕਰ ਜੱਸੇ ਤੇ ਵਿੰਦਰ ਨਾਲ ਹਾਏ ਬੇਬੇ ਮੈਂ ਕਿਵੇਂ ਕਰੂੰਗੀ ਗੱਲ ਉਹਨਾਂ ਨਾਲ ਮੈਂ ਉਹਨਾਂ ਨੂੰ ਕਿਵੇਂ ਦੱਸੂਗੀ ਵੀ ਇਹਨਾਂ ਦੋਨਾਂ 'ਚ ਲੜਾਈ ਹੁੰਦੀ ਰਹਿੰਦੀ ਹੈ ਦੱਸਣਾ ਤਾਂ ਪਊਗਾ ਪੁੱਤ ਫਿਰ ਹੋਰ ਤਾਂ ਕੋਈ ਹੱਲ ਹੈ ਨਹੀਂ ਐਂ ਨਾ ਕਹੀਂ ਵੀ ਜ਼ਿਆਦਾ ਲੜਾਈ ਹੁੰਦੀ ਹੈ ਇਹਨਾਂ 'ਚ ਊਂ ਕਹਿ ਦੀ ਵੀ ਮਾੜੀ ਮੋਟੀ ਬੋਲਚਾਲ ਜੀ ਹੁੰਦੀ ਰਹਿੰਦੀ ਹੈ
भी अगे जा के गल ना वजे इन्हें च भी आप हूनी प्यार अड हो जाने नाले ये वरत दियाँ रह जाएगियाँ दसना तो पुत पऊगा ही फिर। हाँ बेबे आ गल तो तेरी सही है दसना तो पऊगा ही फिर माड़ा मोटा तो कुछ कह नहीं पऊ उन्हें। चल कोई गल नहीं बेबे तू फिक्र ना कर। चल कोई ना आप कर दें गल किसी हिसाब न बाई होर देख दें फिर आप दोनों जनिया कर लें गल। चल ठीक है पुत। असल च बाई सानू बेबे ने सद्या सी किसे गल ते विचार वटांदरा करना सी। विचार वटांदरा किहड़ी गल ते कमल? पता की गल है बाई तुसी दोने भाई मेरे नाल पहला वादा करो भी तुसी कोई गल दिल ते नहीं लाउंदे। दिल ते नहीं लाउंदे एही जी की गल है? तू तां टेंशन च ही पाता मैनू भैणे। होर बाई मैनू तां आप टेंशन हो गई यार। ओहो ना ना बाई टेंशन आली कोई गल नहीं मैं तो सोनू ए कहती सी मैं ते बेबे ए सोच दियां सी भी हुण सोनू दोने भाइयां नू अड हो जाना चाहिदा है। चल जमीन भावे तुसी सांझी रख लियो। अड अड हो जाना चाहिदा ये कही जी गल करती तू कमल? असी तो कदे सुपने च भी नहीं सोच सकते। ना ना पुत कमल नहीं ये गल करती ये गल तो मेरे दिमाग च आई थी पुत ता करके मैं कमल सद ली सी। थोनू भी पता ही है पुत भी मेरी हुण उम्र हो ही पई है मैं कहनी हां भी मैं आपदे बैठे बैठे पुत सोनू अड करी देवा। मैं कहनी हां भी कल नू सुखपाल ते पम्मी दी किते आण बाण ना हो जे कल कीने देखे फिर सोनू पुत कलेश नाल अड होना पऊगा। लै बेबे आ किहड़ी गल्ला सोचियां ने तू नाले उन्ना जाण बाण किवें होजू जदों असीं दोने भाई इकट्ठे आ इह तां हो ही नहीं सकदा। होर एवें ना बेबे इहियां ही गल्लां सोचिया कर इह आण बाण हो ही नहीं सकदी उन्ना च। भाई समय दा कोई पता नहीं लगदा हुंदा बेबे दी सोच भी सियाणी है ए तां तैनूं पता ही है ए तां आम ही गल है दराणियां जठाणियां च तां बण हो ही जांदी है भी कल नूं किते इन्हां दोनां च कलेस ना रहण लग जे तां ही बेबे सोचदी सी भी सोनू दोने भाइयां नूं हुण अड हो जाणा चाहीदा। नाले भाई तुसीं तां रोटी पाणी जां घरेलू कम्म ही अड करने ने सोनू दोने भाइयां नूं कौण अड कर सकदा है? इह गल नहीं कदे हो सकदी ना ऐ किवें अणबण हो जू इन्हां च ना जे इन्हां च अणबण हो गई कलेस रहन लग गया मैं सोनू पहला दस दिना असि तो दोनों भाई नहर च छाल मार जांगे। सही गल है भाई जी साथो ये कदे बर्दाश्त नहीं होना। ना ना भाई अस तो सवाई की गल करदे सी एवें नहर च छाल मार जानी है कमलियां नहीं मारदे हुंदे भाई। ले कमलियां कादियां ने कमल कमाल हो रही है ले ओ सुपाल भी आ गई सुपाल आ देखी कमल ते बेबे की कही जांदियां ने अगे कहंदियां कि तुसी अड्डो अड्डो हो जाओ पता नहीं की होया इन्हां नूं अगे सुपाल ते ना पम्मी च कल नूं आण बाण ना हो जाए किते मैं भी कहता फिर ਮਗਰ ਜੇ ਕਿਤੇ ਇਹਨਾਂ ਚਣ ਬਣ ਹੋ ਗਈ ਅਸੀਂ ਤਾਂ ਨਹਿਰ ਛਾਲ ਮਾਰ ਜਾਂਗੇ। ਬੇ ਨਾ ਨਾ ਅਸੀਂ ਤਾਂ ਸਵੇ ਕੀ ਗੱਲ ਕਰੀ ਤੀ ਸਵੇ ਕੀ ਗੱਲ ਕਹਦੀ ਇਹ ਕਰੀ ਤੀ ਸਵੇ ਕੀ ਗੱਲ ਲੈ ਤੂੰ ਮੈਨੂੰ ਐਂ ਦੱਸ ਸੁਪਾਲ ਤੇਰੇ ਤੇ ਪੰਮੀ ਚ ਕਦੇ ਅਣਬਣ ਹੋ ਸਕਦੀ ਹੈ ਤੂੰ ਸੋਚ ਸਕਦੀ ਆ ਕਿਤੇ ਵੀ ਸਾਨੂੰ ਦੋਨੇ ਭਾਈਆਂ ਨੂੰ ਆਤਮਹੱਤਿਆ ਕਰਨੀ ਪੈ ਜੇ? ਨਾ ਨਾ ਇਹ ਕਦੇ ਹੋ ਸਕਦਾ ਵੀ ਸਾਡੇ ਚਣ ਬਣ ਹੋ ਜੇ ਸਾਡੇ ਚਣ ਬਣ ਨਹੀਂ ਹੁੰਦੀ ਕਦੇ। ਲੈ ਦੱਸ ਬੇਬੇ ਤੂੰ ਹੋਰ ਹੀ ਸੋਚਾਂ ਸੋਚੀ ਜਾਂਦੀ ਹੈ ਹੋਰ ਐਵੇਂ ਬੇਬੇ ਨਾਲ ਤੂੰ ਕਮਲ ਨੂੰ ਤੰਗ ਕੀਤਾ ਤੂੰ ਬੇਫਿਕਰ ਹੋ ਜਾ ਭੈਣੇ ਇਹ ਨਹੀਂ ਕਦੇ ਹੋ ਸਕਦਾ ਅੱਡ ਹੋਣ ਨਾਲ ਤਾਂ ਅਸੀਂ ਮਰਨਾ ਪਸੰਦ ਕਰਾਂਗੇ। ਚੱਲ ਕੋਈ ਨਾ ਬਾਈ ਮੈਂ ਤਾਂ ਬੇਫਿਕਰੀ ਹਾਂ। ਲੈ ਭਾਬੀ ਹੁਣ ਤਾਂ ਤੂੰ ਸੁਣ ਲਿਆ ਕੀ ਕਹਿੰਦੇ ਸੀ ਬਾਈ ਹੋਰੇ ਹੁਣ ਤਾਂ ਮੇਰੀ ਗੱਲ ਮੰਨ ਲਓ ਹੁਣ ਤਾਂ ਆਪਸ ਚ ਬਣਾ ਕੇ ਰੱਖਣ ਲੱਗ ਜਾਓ। ਨਾ ਨਾ ਕਮਲ ਇਹ ਨਹੀਂ ਹੋ ਸਕਦਾ ਕਦੇ ਨਾ ਭੁੱਲ ਗਿਆ ਤਾਂ ਤੂੰ। ਚੱਲ ਫਿਰ ਕੋਈ ਨਾ ਮਰ ਜਾਣ ਦੇ ਉਹਨਾਂ ਨੂੰ। ਨਹੀਂ ਇਹ ਨਹੀਂ ਸੁਣਦੀ ਆ ਇਹ ਤਾਂ ਉਹਨਾਂ ਨੂੰ ਮਾਰ ਕੀ ਦਮ ਲੈਣਗੀਆਂ। ਅੱਡ ਤਾਂ ਨਹੀਂ ਅਸੀਂ ਕਰਦੇ ਭਾਬੀ ਸੋਨੂੰ ਅਸੀਂ ਉਹਨਾਂ ਨੂੰ ਗਵਾਉਣਾ ਨਹੀਂ ਤੁਸੀਂ ਵੀ ਨਾ ਕਦੇ ਅੱਡ ਹੋਣ ਬਾਰੇ ਸੋਚਿਓ ਫਿਰ ਸਾਡਾ ਕਲੇਸ਼ ਨਹੀਂ ਕਦੇ ਮੁੱਕ ਸਕਦਾ ਕਮਲ। ਚੱਲ ਫਿਰ ਕਰ ਲਿਆ ਕਰੋ ਕਲੇਸ਼ ਸਾਨੂੰ ਕੀ ਹੈ ਬੇਬੇ ਤੂੰ ਚੁੱਪ ਕਰਕੇ ਬੈਠੀ ਰਿਹਾ ਕਰ ਲੜੀ ਜਾਣ ਦਿਆ ਕਰ ਇਹਨਾਂ ਨੂੰ। ਘੱਟੋ ਘੱਟ ਇੰਨਾ ਹੀ ਆਖੇ ਲੱਗ ਜਾਓ ਵੀ ਜੱਸੇ ਬਾਈ ਤੇ ਬਿੰਦਰ ਨੂੰ ਤੁਹਾਡੇ ਕਲੇਸ਼ ਦਾ ਨਾ ਪਤਾ ਲੱਗੇ। ਚੱਲ ਕੋਈ ਗੱਲ ਨਹੀਂ ਕਮਲ ਮੈਂ ਤੇ ਜੱਸੇ ਕੋਲੋਂ ਕਦੇ ਇਹੀ ਜੀ ਗੱਲ ਨਹੀਂ ਕਰਦੀ ਨਾ ਮੈਂ ਪਹਿਲਾਂ ਕਦੇ ਕਰੀ ਹੈ। ਕੋਈ ਗੱਲ ਨਹੀਂ ਕਮਲ ਮੈਂ ਵੀ ਨਹੀਂ ਕਰਦੀ। ਬਸ ਠੀਕ ਹੈ ਫਿਰ ਤੁਸੀਂ ਉਹਨਾਂ ਸਾਹਮਣੇ ਐ ਨਾਟਕ ਕਰਿਆ ਕਰੋ ਇਹ ਤੁਹਾਡੀ ਆਪਸ ਚ ਬਹੁਤ ਬਣਦੀ ਹੈ ਕਿਉਂਕਿ ਜੇ ਉਹਨਾਂ ਨੂੰ ਤੁਹਾਡੀ ਲੜਾਈ ਦਾ ਪਤਾ ਲੱਗ ਗਿਆ ਨਾ ਪਤਾ ਨਹੀਂ ਉਹਨਾਂ ਨੇ ਕੀ ਕਰ ਲੈਣਾ। ਕੋਈ ਗੱਲ ਨਹੀਂ ਕਮਲ ਉਹਨਾਂ ਸਾਹਮਣੇ ਤਾਂ ਨਾਟਕ ਕਰ ਲਿਆ ਕਰੂੰਗੀ ਇਹਨੂੰ ਉਹਨਾਂ ਸਾਹਮਣੇ ਵਧੀਆ ਬੁਲਾ ਲਿਆ ਕਰੂੰਗੀ ਬਾਅਦ ਚ ਚਾਹੇ ਤੇ ਸੰਗੀ ਲੱਭ ਦਿਆ ਕਰ। ਕੋਈ ਗੱਲ ਨਹੀਂ ਫਿਰ ਉਹਨਾਂ ਸਾਹਮਣੇ ਮੈਂ ਵੀ ਇਹਨੂੰ ਵਧੀਆ ਬੁਲਾ ਲਿਆ ਕਰੂੰਗੀ ਪਹਿਲਾਂ ਭਾਵੇਂ ਮੈਂ ਇਹਦੀ ਗੁੱਤ ਪੱਟ ਕੇ ਹਟੀ ਹੋਵਾਂ। ਬਸ ਠੀਕ ਹੈ ਬੇਬੇ ਫਿਰ ਚੱਲਣ ਦੇ ਆਈ ਜਿਵੇਂ ਚੱਲਦੀਆਂ ਨੇ ਹੋਰ ਤਾਂ ਇਹਨਾਂ ਦਾ ਕੋਈ ਇਲਾਜ ਹੈ ਨਹੀਂ। ਚੱਲ ਠੀਕ ਹੈ ਪੁੱਤ ਵੀਰ। ਨੀ ਪੰਮੀ ਕੱਪੜਿਆਂ ਦਾ ਢੇਰ ਲੱਗਿਆ ਪਿਆ ਅੰਦਰ ਤੁਸੀਂ ਤਿੰਨ ਦਿਨ ਹੋ ਗਏ ਕੱਪੜੇ ਕਿਉਂ ਨਹੀਂ ਧੋਂਦੀਆਂ? ਲੜਾਈ ਤੁਹਾਡੀ ਆਪਸ ਮੈਂ ਦੂਜਿਆਂ ਦੇ ਕੱਪੜੇ ਤਾਂ ਧੋ ਦਿਆ ਕਰੋ। ਮੈਂ ਕਿਉਂ ਧੋਵਾਂ ਬੇਬੇ ਉਹ ਨਾ ਧੋਵੇ ਹਰੇਕ ਵਾਰੀ ਮੈਂ ਹੀ ਧੋਨੀ ਆ। ਅੱਛਾ ਹਰੇਕ ਵਾਰੀ ਤੂੰ ਧੋਨੀ ਆ ਹੈ ਕੱਪੜੇ ਆ ਚਾਰ ਪੰਜ ਦਿਨ ਹੋ ਗਏ ਕੱਪੜਿਆਂ ਦਾ ਪਤਾ ਮੈਂ ਧੋਤਾ ਸੀ ਨਾ ਫੇਰ ਕੀ ਹੋ ਗਿਆ ਜੇ ਕਹਿ ਰਹਾ ਤੂੰ ਧੋਤਾ ਤਾਂ ਇੱਕ ਵਾਰੀ ਨਹੀਂ ਧੋਤਾ ਹਰੇਕ ਵਾਰੀ ਮੈਂ ਧੋਨੀ ਆ ਕੀ ਕਹਿਣਾ ਕਿ ਇੱਕ ਵਾਰੀ ਤੈਂ ਧੋਤੇ ਹੋਣਗੇ।
ਰਾਮ ਨਾਲ ਨਾ ਬੰਦੇ ਇੱਥੇ ਬਣ ਕੇ ਕੱਪੜੇ ਧੋ ਦੇ ਐਵੇਂ ਫਾਲਤੂ ਬਕਵਾਸ ਕਰਨ ਦੀ ਲੋੜ ਨਹੀਂ ਫਾਲਤੂ ਦੀ ਬਕਵਾਸ ਤਾਂ ਤੂੰ ਕਰਦੀ ਹੈ ਚੁੱਪ ਕਰਕੇ ਨਾ ਕੱਪੜੇ ਚੱਕ ਲੈ ਨਹੀਂ ਫਿਰ ਦੇਖ ਲੈ ਫਿਰ ਤੂੰ ਕੀ ਕਰ ਲੇਂਗੀ ਮੇਰਾ ਮੇਰੇ ਤੇ ਵਾਲਾ ਰੋਵ ਜਾਣਾ ਝੜ ਐਵੇਂ ਤੈਨੂੰ ਦੱਸਤਾ ਨਾ ਤੂੰ ਮੇਰਾ ਕੀ ਕਰ ਲੇਂਗੀ ਫਿਰ ਚੁੱਪ ਕਰਕੇ ਟਿੱਕੇ ਬਹਿ ਜਾ ਇੱਥੇ ਰੋਂਦੀ ਭੈੜੀ ਲੱਗੇਗੀ ਟਿੱਕੇ ਤੂੰ ਬਹਿ ਜਾ ਰੋਂਦੀ ਤਾਂ ਤੂੰ ਭੈੜੀ ਲੱਗੇਗੀ ਹਜੇ ਤੈਨੂੰ ਕੋਈ ਟੱਕਰੀ ਨਹੀਂ ਤੂੰ ਜਦ ਚਾਂਬੜੀ ਆ ਨਾ ਜੇ ਤੈਨੂੰ ਆਉਂਦੀ ਨਹੀਂ ਦੋਸਤ ਦਿਖਾਏ ਹੁੰਦੇ ਨਾ ਤਾਂ ਤੂੰ ਚਾਂਬੜਦੀ ਨਾ ਜਾਦੇ ਫਿਰ ਨਾ ਹੁਣ ਦਿਖਾ ਦੇ ਫਿਰ ਹੁਣ ਕੀ ਹੋ ਗਿਆ ਮੇਰਾ ਬਾਹਰ ਦਿਮਾਗ ਜਾਂ ਨਾ ਖਰਾਬ ਕਰੀ ਜਾ ਜੇ ਮੈਨੂੰ ਅੱਖ ਚੜ ਗਿਆ ਨਾ ਮਰੂਦਾਂ ਦੀ ਰੇੜੀ ਮੈਂ ਖਿੱਚੀ ਵੀਰੂ ਇਹ ਤੂੰ ਖਿੱਚ ਕੇ ਤਾਂ ਦਿਖਾ ਤੈਨੂੰ ਦਿਖਾ ਮੈਂ ਤਜਰਬਾ ਮੈਂ ਬਣੀਆਂ ਤਜਰਬੇ ਦਿਖਾ ਕੇ ਦਿਖਾ ਹਟ ਜਾ ਆ ਜਾ ਤੈਨੂੰ ਆ ਜਾ ਆ ਜਾ ਆ ਜਾ ਕੀ ਹੁਣ ਬੋਲ ਤੂੰ ਮੇਰੀ ਹੁਣ ਬੋਲ ਕੁੱਤੀਆ ਹੁਣ ਬਾਹ ਛੱਡ ਹੁਣ ਬਾਹ ਛੱਡ ਮੇਰੀ ਛੱਡ ਮੇਰੀ ਦੇ ਮੇਰੀ ਬਾਹ ਕੀ ਹੋ ਗਿਆ ਸਪਲ ਨਾ ਨਾ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਤਾਂ ਡੋਲੇ ਕੋਲ ਪੰਮੀ ਦੀ ਬਾਹ ਦੱਸ ਦੇ ਦੀ ਮਾੜੀ ਜੀ ਪੰਮੀ ਇੱਥੇ ਦੱਸ ਦੇ ਦੇ ਨਾ ਹਾਂ ਬਸ ਠੀਕ ਹੈ ਹੁਣ ਤਾਂ ਬਸ ਹੁਣ ਤਾਂ ਜਮੀ ਠੀਕ ਹੈ ਭੈਣੇ ਠੀਕ ਚੱਲ ਛੱਡ ਦੇ ਸੁਪਾਲ ਪੁੱਤ ਹੁਣ ਤਾਂ ਠੀਕ ਹੈ ਪਰ ਤੂੰ ਭਾਬੀ ਨੂੰ ਗਾਲਾਂ ਕਿਉਂ ਕੱਢੀ ਜਾਂਦੀ ਸੀ ਵੀ ਕੁੱਤੀਏ ਮੇਰੀ ਬਾਹ ਛੱਡ ਦੇ ਲੈ ਉਹ ਤਾਂ ਅਸੀਂ ਆਮ ਹੀ ਇੱਕ ਦੂਜੇ ਨੂੰ ਪਿਆਰ ਨਾਲ ਕਹਿੰਦੀਆਂ ਰਹਿੰਦੀਆਂ ਹੋਰ ਇਹ ਤਾਂ ਇੱਕ ਦੂਜੀ ਨੂੰ ਕੁੱਤੀ ਕੰਜਰੀ ਕਹਿੰਦੀਆਂ ਰਹਿੰਦੀਆਂ ਨੇ ਪਿਆਰ ਨਾਲ ਅੱਛਾ ਅੱਛਾ ਪਿਆਰ ਨਾਲ ਕਹਿੰਦੀਆਂ ਨੇ ਹਾਂ 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 ਪਿਆਰ ਨਾਲ ਚੱਲ ਫੇਰ ਤਾਂ ਠੀਕ ਹੈ ਫੇਰ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਐਂ ਘਬਰਾ ਗਏ ਸੀ ਕਿ ਤੁਸੀਂ ਲੜੀ ਜਾਂਦੀਆਂ ਨੇ ਲਵਿੰਦਰਾ ਐਂ ਕਿਵੇਂ ਹੋ ਸਕਦਾ ਹੈ ਇਹ ਤਾਂ ਪੰਮੀ ਦੇ ਡੋਲੇ ਕੋਲੇ ਬਾਹ 'ਚ ਦਰਦ ਹੁੰਦਾ ਤੀ ਮੈਂ ਉਹ ਲੋਟ ਕਰਦੀ ਤੀ ਪੰਮੀ ਹੁਣ ਲੋਟ ਹੈ ਕਿ ਹੋਰ ਦੁਬਾਰੇ ਕਰਾਂ ਨਾ ਠੀਕ ਹੈ ਭੈਣੇ ਕੋਈ ਗੱਲ ਨਹੀਂ ਹੁਣ ਤਾਂ ਜਮਾਂ ਠੀਕ ਹੈ ਜੇ ਤੇਰੇ ਦਰਦ ਹੁੰਦਾ ਮੈਂ ਕਰ ਦਿੰਦੀ ਹਾਂ ਠੀਕ ਨਾ ਮੇਰੇ ਤਾਂ ਨਹੀਂ ਹੁੰਦਾ ਹੈਗਾ ਲੈ ਐਂ ਹੁਣ ਦੋਨਾਂ ਦੇ ਇੱਕ ਟਾਈਮ ਤੇ ਥੋੜੀ ਹੋਊਗਾ ਬਾਹ 'ਚ ਦਰਦ ਇਹ ਤਾਂ ਆਈ ਹੈ ਜੱਸੇ ਜੇ ਪੰਮੀ ਦੇ ਕੰਡਾ ਵੱਜੇ ਤਾਂ ਸੁਖਪਾਲ ਦੇ ਦਰਦ ਹੁੰਦਾ ਜੇ ਸੁਖਪਾਲ ਦੇ ਕੰਡਾ ਵੱਜੇ ਫਿਰ ਪੰਮੀ ਦੇ ਦਰਦ ਹੁੰਦਾ ਲੈ ਇਹ ਤਾਂ ਕਮਾਲ ਹੋ ਗਈ ਯਾਰ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਲੈ ਵਿੰਦਰਾ ਜੇ ਤੈਨੂੰ ਯਕੀਨ ਨਹੀਂ ਹੁੰਦਾ ਮੈਂ ਸੂਈ ਚੱਕ ਕੇ ਲਿਆਉਣੀ ਅੰਦਰੋਂ ਤੂੰ ਪੰਮੀ ਦੇ ਪੈਰ 'ਚ ਖਮੋਈ ਦੱਬ ਕੇ ਮੇਰੇ ਦਰਦ ਹੋਣ ਲੱਗ ਜੂਗਾ ਅੱਛਾ ਲਿਆ ਭਾਵੀ ਫਿਰ ਸੂਈ ਚੱਕ ਕੇ ਲਿਆ ਅੰਦਰੋਂ ਲੈ ਤੂੰ ਬਹਿ ਜਾ ਟਿੱਕੇ ਬਣਿਆ ਸੂਈ ਦਾ ਜੇ ਤੈਨੂੰ ਕਹੀ ਦਿੱਤਾ ਤੈਨੂੰ ਯਕੀਨ ਨਹੀਂ ਆਉਂਦਾ ਤਜਰਬਾ ਕਰਕੇ ਜ਼ਰੂਰੀ ਦੇਖਣਾ ਉਹ ਜਦੋਂ ਕਹੀ ਦਿੱਤਾ ਉਹੀ ਤਾਂ ਗੱਲ ਹੈ ਕਮਾਲ ਹੋ ਗਈ ਤਾਂ ਬਈ ਯਾਰ ਸਾਨੂੰ ਐਂ ਤਾਂ ਪਤਾ ਸੀਗਾ ਵੀ ਦਰਾਣੀਆਂ ਜਠਾਣੀਆਂ 'ਚ ਤੁਹਾਡੇ 'ਚ ਪਿਆਰ ਹੈ ਪਰ ਐਂ ਨਹੀਂ ਪਤਾ ਸੀ ਵੀ ਇੰਨਾ ਜ਼ਿਆਦਾ ਪਿਆਰ ਹੈ ਅੱਜ ਦੇਖਿਆ ਪਹਿਲੀ ਵਾਰੀ ਅੱਜ ਦਾ ਪੁੱਛਣਾ ਪੁੱਤ ਇਹਨਾਂ ਦੇ ਪਿਆਰ ਦੇ ਤਾਂ ਕੀ ਕਹਿਣੇ ਨੇ ਤੂੰ ਐਵੇਂ ਫਿਰ ਉਦੋਂ ਫਿਕਰ ਕਰੀ ਜਾਂਦੇ ਬੇਬੇ ਐਂ ਤਾਂ ਤੈਨੂੰ ਅਸੀਂ ਕਹਿੰਦੇ ਸੀ ਹੋਰ ਪੁੱਤ ਮੈਂ ਤਾਂ ਐਵੇਂ ਗਲਤ ਫਹਿਮੀ 'ਚ ਫਿਰਦੀ ਤੀ ਚਲੋ ਫਿਰ ਪੀਓ ਚਾਹ ਪਾਣੀ ਹਾਂ ਪੀ ਲਓ ਚਲੋ ਤੁਸੀਂ ਕਮਰੇ 'ਚ ਮੈਂ ਚਾਹ ਬਣਾ ਕੇ ਲਿਆਉਣੀ ਆ ਹਰ ਮਾਲ ਜੀ ਕਿਵੇਂ ਡੇਗੀ ਪਈ ਗੋਲੀ ਗੋਲੀ ਲੈ ਕੇ ਦੇਵਾਂ ਡਾਕਟਰ ਤੋਂ ਨਾ ਗੋਲੀ ਨੂੰ ਕੀ ਆਈ ਹਟ ਜੂਗਾ ਸਿਰ ਦੁਖਦਾ ਪੰਮੀ ਦਾ ਹਾਂ ਕਹਿੰਦੀ ਸਿਰ ਦੁਖੀ ਜਾਂਦਾ ਅੱਛਾ ਕੋਈ ਗੋਲੀ ਗਾਲੀ ਲਿਆ ਦੇਣੀ ਸੀ ਕਿਹਾ ਸੀ ਇਹਨੂੰ ਮੈਂ ਗੋਲੀ ਲਿਆ ਦਿੰਦਾ ਇਹ ਕਹਿੰਦੀ ਐਂ ਠੀਕ ਹੋ ਜੂ ਅੱਛਾ ਆਪੀ ਅੱਜ ਬਾਅਦ ਮੈਂ ਜਾਈ ਦੇਖੀ ਜਾਂਦੇ ਹਾਂ ਇਕੱਠੇ ਕਰਦੇ ਗਰੁੱਪ ਸੁਪਾਲ ਤੇਰੀ ਭੈਣ ਦਾ ਤਾਂ ਸਿਰ ਦੁਖੀ ਜਾਂਦਾ ਘੁੱਟ ਦੇ ਮਾੜਾ ਜਾ ਘੁੱਟ ਤਾਂ ਨਹੀਂ ਹਾਂ ਹਾਂ ਆਈ ਭੈਣੇ ਕੁੱਟੀ ਮਾੜਾ ਜਾ ਲੈ ਇੱਧਰ ਬਹਿ ਜਾ ਤੂੰ ਪੱਤ ਮਾਦਰ ਬਹਿ ਜਾ ਆ ਜਾ ਵੀਰੇ ਬਹਿ ਜਾ ਹਾਂ ਹੈ ਕੁੱਟ ਦੇ ਸਮਾਰ ਕੇ ਹਾਂ ਹੁਣ ਆਈ ਹੈ ਨਾ ਸੂਤ ਦੇਖ ਲੈ ਵਿੰਦਰਾ ਦੇਖੀਆਂ ਕਦੇ ਦਰਾਣੀ ਜਠਾਣੀ ਆਏ ਬੈਠੀਆਂ ਹਾਂ ਸਹੀ ਗੱਲ ਹੈ ਬਾਈ ਇਹਨਾਂ ਦੀ ਫੋਟੋ ਖਿੱਚ ਕੇ ਪਾਵੇ ਨੈੱਟ 'ਤੇ ਅਗਲਾ ਕਹੂਗਾ ਸਕੀਆਂ ਭੈਣਾਂ ਹੋਣਗੀਆਂ ਦਰਾਣੀ ਜਠਾਣੀ ਦਾ ਇੰਨਾ ਪਿਆਰ ਹੁੰਦਾ ਨਹੀਂ ਹਾਂ ਹਾਂ ਸਹੀ ਗੱਲ ਹੈ ਪੁੱਤ ਕੁੱਟ ਕੁੱਟ ਮਾੜਾ ਸਮਾਰ ਕੇ ਕੁੱਟ ਹਾਂ ਕੋਈ ਗੱਲ ਨਹੀਂ ਸਮਾਰ ਕੇ ਕੁੱਟਦੀਆਂ ਮੰਮੀ ਤੇਰੇ ਪੁੜਪੜੀਆਂ ਵੀ ਦੁਖਦੀਆਂ ਨੇ ਭਲਾ ਹਾਂ ਪੁੜਪੜੀਆਂ ਵੀ ਦੁਖਦੀਆਂ ਨੇ ਭੈਣੇ ਅੱਛਾ ਜੇ ਬੰਦੇ ਦੀਆਂ ਪੁੜਪੜੀਆਂ ਦੁਖਦੀਆਂ ਹੋਣ ਨਾ ਮੇਰੇ ਕੋਲ ਇੱਕ ਨੁਸਖਾ ਹੈਗਾ ਹਾਏ ਇਹ ਕੀ ਕਰੀ ਜਾਂਦੀ ਹੈ ਇਹ ਇੱਕ ਨੁਸਖਾ ਹੈ ਮੰਮੀ ਤੇਰੀਆਂ ਪੁੜਪੜੀਆਂ ਦਾ ਜਮਾਂ ਚੱਕਿਆ ਜਾਊਗਾ ਆ ਲੈ ਹਾਏ ਬਸ ਕਰ ਬਸ ਕਰ ਮੇਰੇ ਤਾਂ ਗਿਆ ਦਰਦ ਜਮਾਂ ਲੈ ਕਮਾਲ ਹੋ ਗਈ ਇਹ ਤਾਂ ਹੋਰ ਇਹ ਤਾਂ ਬਾਲਾ ਵਧੀਆ ਨੁਸਖਾ ਹੈ ਖੜ ਜਾ ਮੰਮੀ ਠਹਿਰ ਜਾ ਇੱਕ ਮਿੰਟ ਮੈਂ ਚੰਗੀ ਤਰ੍ਹਾਂ ਦਰਦ ਹਟਾ ਲੈਂਦੇ ਖਰਜਾ ਭੈਣੇ ਬਸ ਹਟ ਗਏ ਮੇਰੇ ਤੋਂ ਪੁੜਪੜੀਆਂ ਸਿਰ ਵੀ ਜਮਾਂ ਠੀਕ ਹੋ ਗਏ ਅੜੀ ਛੇਤੀ ਹਟ ਵੀ ਗਈਆਂ ਹਾਂ ਠੀਕ ਹੈ ਭੈਣੇ ਜਮਾਂ ਨਾ ਨਾ ਹਜੇ ਹੋਊਗੀ ਕਸਰ ਥੋੜਾ ਜਿਹਾ ਮੈਨੂੰ ਹੋਰ ਨੁਕਸਾ ਬਣਾ ਲੈਣ ਦੇ ਨਾ ਨਾ ਠੀਕ ਹੈ ਭੈਣੇ ਬਸ ਠੀਕ ਹੈ ਮੈਂ ਤਾਂ ਕਮਾਲ ਹੋ ਗਈ ਯਾਰ ਸੁਪਾਲ
तू मैनू तो यह तरीके नहीं दस्या कदे, मेरा भी कदे कदे सिर दुखन लग जाता हुंदा है। जा सुखपाल बाई का सिर हटा ही जाके हुण। ना ना पम्मी हुण नहीं दुखदा, पहला दुखन लग जाता कदे ना कदे। वीर जी आही नुकसा अपनाया करो तुसी, ये बहुत वधिया सिर नाल दी नाल हट जांदा। हाँ हुण पता लग गया बस। चल सुखपाल वीर जी का सिर हुण आई हटाया कर। चंगा चल कोई गल नहीं, तू ही बिंदर सिर आई हटाया कर, ठीक है। मेरा सिर तो रब की कृपा नाल कदे दुखे ही नहीं भाभी। हाँ हुण नुकसा मैनूं जरूर पता लग गया, इहदा जरूर हटा दिया करूँ मैं। ना ना बिंदरा इहदा सिर तो मैं ही हटा सकती हाँ, तू मैनू सद लिया कर जिहदा सिर दुखे कदे। देख लै पम्मी जे कोई कसर रहिंदी तां। ना ना कोई गल नहीं, सिर तो मेरा हट गया, ठीक है हुण तां मैं। जे नहीं रहिंदी मेरियां लत्तां घुट दे, लत्तां भी मेरियां दुखी जांदियां सी। आहो ऐ कर लत्तां घुट दे फिर। अच्छा लत्तां, लत्तां भी गल्लां ते ठीक हो जाणगियां, लै उरे करते रहूं। लै आए किवें गल्लां तो ही ठीक हो जाणगियां लत्तां भी। पम्मी तैनूं नहीं पता ये सारियां नाड़ां मूँह तों ही जांदियां ने। ना ना इत्थों रहण दे तू, मेरा सिर फिर ना दुखण लग जे। तू ऐ कर लत्तां ही घुट दे, मिंट मार। ਹੋ ਗਈ ਠੀਕ? ਨਾ ਹਜੇ ਹੋਰ ਘੁੱਟ ਦੇ ਥੋੜ੍ਹੀ। ਹਟ ਗਈ ਮੰਮੀ? ਨਾ ਹਟੀਆਂ ਨਹੀਂ ਹਜੇ, ਹੋਰ ਘੁੱਟ ਦੇ। ਮੰਮੀ ਇੱਕ ਨੁਕਸਾ ਮੇਰੇ ਕੋਲ ਇਹਦਾ ਵੀ ਹੈਗਾ, ਦੇਖੀ ਤੇਰੇ ਲੱਤਾਂ ਮਿੰਟੋ ਮਿੰਟੀ ਹਟ ਜਾਣਗੀਆਂ। ਅੱਛਾ ਭਾਬੀ ਇਹਦਾ ਵੀ ਨੁਕਸਾ ਹੈਗਾ? ਹਾਂ ਹਾਂ ਬਿੰਦਰ ਪੱਕਾ ਲਾ ਜਾ ਗਰੰਟੀ ਇਹਦਾ। ਤੂੰ ਐਂ ਕਰ ਮੜ ਜਾ ਆਪਣੇ ਚਿਮਟਾ ਦਿੱਤਾ ਕਰਕੇ ਲਿਆ ਗਏ ਸੀ। ਚਿਮਟਾ ਦਿੱਤਾ ਕਰਕੇ ਉਹ ਕੀ ਕਰਨਾ ਸੁਪਾਲ? ਉਹ ਪੋਲਾ ਪੋਲਾ ਨਾ ਪੰਮੀ ਨੇ ਤੜੀਆਂ ਤੇ ਰੋਣਾ ਪਊਗਾ, ਫੇਰ ਦੇਖੀ ਲੱਤਾਂ ਦਰਦ ਕਿਵੇਂ ਭਜਦਾ। ਨਾ ਨਾ ਠੀਕ ਨੇ ਬਸ, ਲੱਤਾਂ ਤਾਂ ਹਟ ਗਈਆਂ ਬਸ ਭੈਣੇ ਮੇਰੀਆਂ, ਤਾਂ ਲੋੜ ਹੀ ਨਹੀਂ ਉਹਦੀ ਤਾਂ। ਆਹ ਦੇਖ ਲੈ ਜਿਵੇਂ ਨਹੀਂ ਹੁੰਦਾ ਦਰਦ, ਆ ਦੇਖ ਠੀਕ ਹੈ ਭੈਣੇ ਹੁਣ ਤਾਂ। ਲੈ ਕਮਾਲ ਹੋ ਗਈ ਯਾਰ, ਐਡਾ ਵਧੀਆ ਨੁਕਸਾ, ਇਹ ਨੁਕਸੇ ਦਾ ਨਾਂ ਲੈਣ ਨਾਲ ਲੱਤਾਂ ਹਟ ਗਈਆਂ। ਤੇ ਹੋਰ ਮੇਰੇ ਕੋਲ ਤਾਂ ਬਹੁਤ ਵਧੀਆ ਵਧੀਆ ਨੁਕਸੇ ਰਵਿੰਦਰਾ। ਲੈ ਕਮਾਲ ਹੋ ਗਈ ਤਾਂ ਸੁਪਾਲ, ਤੂੰ ਪਹਿਲਾਂ ਕਦੇ ਦੱਸੇ ਨਹੀਂ, ਆਪਾਂ ਪਿੰਡ 'ਚ ਡਾਕਟਰੀ ਦੁਕਾਨ ਨਾ ਖੋਲ੍ਹ ਕੇ ਭੇਜੀਏ। ਬੇ ਕਿਉਂ ਸਾਰੇ ਪਿੰਡ ਨਾਲ ਦੁਸ਼ਮਣੀ ਲੈਣੀ ਹੈ, ਰਹਿਣ ਦੇ ਰਹਿਣ ਦੇ ਤੂੰ। ਲੈ ਬੇਬੇ ਚ ਦੁਸ਼ਮਣੀ ਵਾਲੀ ਕਿਹੜੀ ਗੱਲ ਹੈ, ਆਪਾਂ ਤਾਂ ਸਮਾਂ ਇਲਾਜ ਕਰਿਆ ਕਰਾਂਗੇ ਲੋਕਾਂ ਦਾ ਸੁਪਾਲ ਦੇ ਨੁਸਖਿਆਂ ਨਾਲ। ਆਹੋ ਮੇਰੇ ਕਹਿਣ ਦਾ ਮਤਲਬ ਲੋਕ ਲੱਗਣ ਲੱਗ ਜਾਣਗੇ ਤੁਹਾਡੇ ਤੇ, ਵੀ ਇਹਨਾਂ ਦਾ ਕੰਮ ਚੱਲਣ ਲੱਗ ਗਿਆ, ਆਪਦਾ ਘਰੀ ਇਲਾਜ ਕਰ ਲਿਆ ਕਰੋ ਤੁਸੀਂ। ਆਹੋ ਇਹ ਤਾਂ ਜਦ ਪੰਮੀ ਵਰਗੀ ਦਾ ਕਈ ਸਿਰ ਸੁਰ ਦੁਖਿਆ ਜਾਂ ਲੱਤਾਂ ਦੁਖੀਆਂ ਉਦੋਂ ਵਰਤ ਜਾਇਆ ਕਰੂਗਾ, ਉਦੋਂ ਠੀਕ ਆ ਜੂਗਾ। ਕੋਈ ਗੱਲ ਨਹੀਂ ਤੇਰੇ ਤੇ ਵੀ ਇਹੀ ਨੁਕਸਾ ਅਪਣਾਇਆ ਕਰੂੰਗੀ ਮੈਂ। ਲੈ ਪੰਮੀ ਸੁੱਖ ਨਾਲ ਮੇਰੇ ਤਾਂ ਕਦੇ ਸਿਰ ਹੀ ਨਹੀਂ ਦੁਖਿਆ, ਤੂੰ ਕੀ ਬਣਾਇਆ ਕਰੇਂਗੀ? ਆਹੋ ਹੁਣ ਤਾਂ ਜੇ ਕਦੇ ਦੁਖਿਆ ਤਾਂ ਵੀ ਨਹੀਂ ਦੱਸਣਾ ਤੈਂ। ਨਾ ਨਾ ਦੱਸਿਆ ਕਰੂੰਗੀ, ਤੂੰ ਐਂ ਦੱਸ ਪੰਮੀ ਤੇਰੇ ਲੱਤਾਂ ਦੁਖਣੋਂ ਹਟ ਗਈਆਂ ਕਿ ਮੈਂ ਆਪਦੇ ਨੁਕਸੇ ਵਰਤ ਕੇ ਹਟਾਵਾਂ? ਨਾ ਨਾ ਮੇਰੀਆਂ ਤਾਂ ਜਮ੍ਹਾਂ ਹਟ ਗਈਆਂ ਭੈਣੇ, ਤੂੰ ਕਰ ਲਾ ਆਪਦਾ ਕੰਮ ਕਾਰ ਕੋਈ। ਠੀਕ ਹੈ ਮੈਂ ਤਾਂ ਐਂ ਤੀ ਜੇ ਦੁਖਦੀਆਂ ਨੇ ਵਾਹਾਂ ਕਰਦਾ ਨਹੀਂ ਲੁੱਟ, ਆ ਬਾਲਮ ਜਾੜੇ ਗਿਆ ਮੈਂ। ਪੰਮੀ ਹਟ ਗਿਆ ਹੁਣ ਤਾਂ ਸਿਰ ਤੇਰਾ ਜਮ੍ਹਾਂ? ਹਾਂ ਹਾਂ ਠੀਕ ਹੈ ਜਮਾ ਹਟ ਗਿਆ ਮੇਰਾ ਤਾਂ ਸਿਰ। ਕਬਾਲ ਹੋ ਗਈ, ਮੰਨ ਗਿਆ ਯਾਰ ਮੈਂ ਤਾਂ ਜਮਾ ਨੁਕਸੇ ਨੂੰ। ਲੈ ਉੱਧਰ ਭੂਰੀ ਕਹਿੰਦੀ ਮੋਨੀ ਦੀ ਮਾਂ ਦਾ ਪਤਾ ਲੈਣ ਜਾਣਾ, ਉੱਧਰੋਂ ਆਥਣ ਹੋ ਰਿਹਾ, ਹੁਣ ਕਿਹਨੂੰ ਕਹਿ ਕੇ ਜਾਵਾਂ ਵੀ ਮੈਂ ਸਾਨੂੰ ਪਾਣੀ ਪਿਆ ਦੀ ਹਾਂ। ਲੈ ਇਹ ਤਾਂ ਆ ਬੈਠੀਆਂ ਨੇ ਦੋਨੇ ਜਣੀਆਂ। ਭਾਈ ਮੈਂ ਤਾਂ ਮੋਨੀ ਦੀ ਮਾਂ ਦਾ ਪਤਾ ਲੈਣ ਜਾਂਦੀ ਹਾਂ, ਪਾਣੀ ਪਿਆ ਦੀ ਹਾਂ ਮੈਂ ਸਾਨੂੰ। ਆਪੇ ਪਿਆ ਦੂਗੀ, ਮੌਜ ਨਾਲ ਬੈਠੀ ਮਹਾਰਾਣੀ ਵਿਹਲੀ ਕਿਹੜੇ ਪਿਆਂਦੀ, ਮੈਨੂੰ ਕਿਹੜਾ ਨਾ ਕਹਿ ਕੇ ਕੀ ਹੈ। ਚੱਕ ਕੇ ਕੱਪੜੇ ਮੌਜ ਨਾਲ ਤੁਰ ਗਈ, ਲੈ ਵੀ ਉਹ ਪਾਣੀ ਪਿਆ ਦੂਗੀ, ਮੈਨੂੰ ਕਿਹੜਾ ਬੇਬੇ ਮੇਰਾ ਨਾਂ ਲੈ ਕੇ ਕਹਿ ਕੇ ਗਈ, ਪਿਆਉਂਦੀ ਮੈਂ ਵੀ ਨਹੀਂ, ਆਪੀ ਪਿਆਊਗੀ। ਉਦੋਂ ਤਾਂ ਉਹਦੀ ਭਰ ਲੈਂਦੀ ਆ ਸਾਰਿਆਂ ਨਾਲ ਪਹਿਲਾਂ, ਤੌੜੀ ਵਾਲੇ ਦੁੱਧ ਦਾ ਕੌਲਾ ਮੱਖਣੀ ਤਾਂ ਸਾਰਿਆਂ ਨਾਲ ਪਹਿਲਾਂ ਖਾਂਦੀ ਹੈਗੀ। ਪਿਆ ਦੇ ਪਾਣੀ, ਮੈਂ ਹੀ ਪਿਆਉਂ ਪਾਣੀ। ਕਿੱਧਰ ਭੱਗ ਗਏ ਤੁਸੀਂ? ਉਹ ਮੈਂ ਤਾਂ ਇੱਥੇ ਬੈਠਾ ਸੀ ਅੱਡੇ ਕੋਲੇ ਯਾਰ, ਉੱਥੇ ਮੈਨੂੰ ਕਿੰਦੂ ਲੈ ਕੇ ਗਿਆ ਸਿਲੰਡਰ ਭਰਾ ਕੇ ਲਿਆਉਣਾ। ਆਹਾ ਕਿਵੇਂ? ਇਹ ਤਾਂ ਮੈਂ ਉਹਨਾਂ ਤੁਰਿਆ ਆਉਂਦਾ ਸੀ ਜਦੋਂ ਮੁਖਤਿਆਰੋ ਚਾਚੀ ਨਹੀਂ ਹੈਗੀ ਆਪਣੀ ਪੰਮੀ ਦੀ ਵਿਚੋਲਣ। ਅੱਛਾ ਉਹਨੇ ਫੜਾਇਆ, ਕਹਿੰਦੀ ਪੰਮੀ ਨੂੰ ਫੜਾ ਦੇ ਸੂਟ, ਜਗ ਮੈਂ ਆਉਂਦੀ ਤੀ ਕਹਿੰਦੀ ਫੜਾਉਣ, ਮੈਂ ਚਲ ਫੜਾ ਦੇਵਾਂਗੀ ਸੂਟ ਹੈ ਮੈਨੂੰ ਲੱਗਦਾ। ਇਹ ਕਦੋਂ ਲਿਆਂਦਾ ਤੀ ਨੇ? ਇਹ ਤੁਸੀਂ ਇਕੱਠੀਆਂ ਲਿਆਂਦਾ ਹੋ? ਹੈਂ ਤੇਰੇ ਨੂੰ ਪਤਾ ਨਹੀਂ?
ਨਾ ਨਾ ਮੈਨੂੰ ਤਾਂ ਨਹੀਂ ਪਤਾ ਹੈਗਾ ਜਾਂ ਉਧਰੋਂ ਆਇਆ ਹੋਊ ਫਿਰ ਕਿਸੇ ਦਾ ਲੈਣ ਦੇਣ ਦਾ ਜਾਂ ਫੜਾ ਦੇ ਪੰਮੀ ਨੂੰ ਫਿਰ ਚੱਲ ਕੋਈ ਨਹੀਂ ਤੁਸੀਂ ਫੜਾ ਦਿਓ ਮੈਂ ਇੱਥੇ ਅੱਗ ਵਿਚਾਉਣੀ ਆ ਫੜਾ ਦਿਓ ਤੂੰ ਫੜਾ ਦੇ ਮੈਂ ਤਾਂ ਪਾਣੀ ਪੀਣਾ ਕਿੰਨੇ ਕੋਲੇ ਆ ਕੋਈ ਨਾ ਫੜਾ ਦਿਓ ਤੁਸੀਂ ਮੈਂ ਅੱਗ ਵਿਚਾਉਣੀ ਆ ਕਿੱਥੇ ਪੰਮੀ ਅੰਦਰ ਹੀ ਹੋਣੀ ਚੁੱਲ੍ਹੇ ਕੋਲੇ ਹੋਣੀ ਜਾ ਜਾਂ ਕਮਰੇ 'ਚ ਹੋਣੀ जवाब नहीं दिता भैन ने दरानियां जठानियां च की हुंदा है ए ता है दरानियां जठानियां च मासी सब गल बात हो जांदी आ पर मेरी ससी का जवाब तो देने सी पम्मी भैन ने बस पुत तेनू पता ही है टाइम ही यह जे एदिया यही जाने ले भाई चल कोई ना पहले तू पासा वट ले जा मैं दोने जनिया नू समझा समझा थक गई भी तुसी आपस में ना लड़िया करो कुड़ी भी आई थी कमल दो तीन बारी ओ समझा के गई है इन्हां नू पर ए नहीं हटदियां ऐ पुत जस्सा ते बिंदर ता होर साहब किताब दे बंदे ने जे उन्हां नू ऐ पता लग गया भी साडे घरे कलेश रहिंदा है आ सुखपाल बैठी है मुंह ते ओ ता पुत नहर च छाल मार जांगे कहंदे अच्छा मासी भाई बिंदर ते जस्से नू पता नहीं इन्हां दा कलेश रहिंदा ना ना उन्हां नू किथे पता है उन्हां दे सामने ता इह सही हो जांदियां ने जमा ओ भी असीं इन्हां दीआं मिन्नतां करियां ती भी जे तुसीं ऊं नहीं हटदियां घट्टो घट्ट उन्हां दे सामने ना लड़ियो क्योंकि मैनूं पता है पुत मेरे दोने मुंडे बहुत बखरे सुभा दे ने लोकां नालों तेरा मैं ते तेरा मासर लड़ पे ए निक्के निक्के हुंदे ती इन्हां ने ता अठ दिन रोटी नहीं खाधी ओ ता पुत जमी नहीं करे बर्दाश्त कर सकदे लड़ाई झगड़ा ना बंट मटेरा बर्दाश्त कर सकन अच्छा मासी ਲੈ ਭੈਣੇ ਫਿਰ ਤੁਹਾਨੂੰ ਕੰਟਰੋਲ ਰੱਖਣਾ ਚਾਹੀਦਾ ਲੜਾਈ ਝਗੜੇ ਤੇ ਨਾ ਨਾ ਪੁੱਤ ਇਹ ਕਿੱਥੇ ਕੰਟਰੋਲ ਰੱਖ ਸਕਦੀਆਂ ਨੇ ਹੋਰ ਸਮੇਂ ਠੀਕ ਠਾਕ ਸੀ ਸਾਰੇ ਹਾਂ ਬਾਈ ਸਾਰੇ ਠੀਕ ਠਾਕ ਸੀ ਬੇਬੇ ਕੱਲ ਪਰਸੋਂ ਦੀ ਕਹੀ ਜਾਂਦੀ ਸੀ ਵੀ ਸੁਖਪਾਲ ਲਵੇ ਜਾ ਕੇ ਆ ਉਹਦੀ ਗੱਲ ਨਹੀਂ ਨਾ ਹੋਈ ਬੇਬੇ ਦੀ ਸੁਖਪਾਲ ਭੈਣ ਨਾਲ ਕਹਿੰਦੀ ਪਤਾ ਲੈ ਕੇ ਆ ਖੈਰ ਸੁੱਖ ਦਾ ਤੈਨੂੰ ਪਤਾ ਬਾਈ ਫਿਰ ਭੈਣ ਦਾ ਫਿਕਰ ਕਰਨ ਲੱਗੇ ਨੇ ਬੇਬੇ ਮੈਂ ਕਿਹਾ ਚੱਲ ਅੱਜ ਚੱਲਦੇ ਆ ਨਾ ਨਾ ਵਧੀਆ ਕਰਿਆ ਬੇਬੇ ਨੂੰ ਕਹਿੰਦੀ ਫਿਕਰ ਨਾ ਕਰਿਆ ਕਰ ਇੰਨਾ ਆਪਦੀ ਕੁੜੀ ਦਾ ਸੋਥੋਂ ਵੱਧ ਕੇ ਹੁਣ ਮੈਨੂੰ ਵੱਧ ਫਿਕਰ ਹੈ ਇਹਦਾ ਮੇਰੇ ਜਵਾਕਾਂ ਦੀ ਮਾਂ ਹੈ ਇਹ ਬਾਕੀ ਸਮੇਂ ਜਦੋਂ ਦੀ ਵੀ ਤੇਰੀ ਭੈਣ ਇਹ ਘਰ 'ਚ ਆਈ ਹੈ ਨਾ ਸਾਡਾ ਘਰ ਤਾਂ ਸੱਚੀ ਸਵਰਗ ਬਣਿਆ ਹੋਇਆ ਇਹਨੇ ਮੇਰੀ ਕਦੇ ਕੋਈ ਗੱਲ ਨਹੀਂ ਟਾਲੀ ਜਿਹੜੀ ਮੈਂ ਇਹਨੂੰ ਕਹਿਤੀ ਬਸ ਸੱਤ ਵਚਨ ਹੈ ਜਦੋਂ ਆਪਣੇ ਬਿੰਦਰ ਦਾ ਵਿਆਹ ਹੋਇਆ ਛੋਟੇ ਦਾ ਮੈਂ ਸੁਖਪਾਲ ਨੂੰ ਇੱਕੋ ਹੀ ਗੱਲ ਕਹੀ ਤੀ ਮੈਂ ਕਿਹਾ ਵੀ ਹੁਣ ਆ ਗਈ ਤੇਰੀ ਦਰਾਣੀ ਤੈਂ ਲੋਕਾਂ ਵਾਲਾ ਕੰਮ ਨਹੀਂ ਕਰਨਾ ਇਹ ਗੱਲ ਪੱਲੇ ਮੰਨ ਲੈ ਬਸ ਕਿਹਾ ਹੀ ਕਿਹਾ ਤੀ ਉਹਨੂੰ ਵੀ ਕਿਤੇ ਲੜਾਈ ਝਗੜਾ ਲੋਕਾਂ ਵਾਂਗੂ ਕਰਦੀ ਰਹੇ ਨਾ ਉਹਨੇ ਪੱਲੇ ਮੰਨ ਲਈ ਗੱਲ ਭਰਾਵਾ ਮੁੜ ਕੇ ਕਦੇ ਲਾਂਭਾ ਨਹੀਂ ਮੈਨੂੰ ਤਾਂ ਆਉਣ ਦਿੱਤਾ ਹੈਗਾ ਵਧੀਆ ਰਹਿੰਦੀਆਂ ਨੇ ਦੋਨੇ ਜਾਣੀਆਂ ਭੈਣਾਂ ਵਾਂਗੂ ਰਹਿੰਦੀਆਂ ਨੇ ਨਹੀਂ ਠੀਕ ਆ ਬਾਈ ਹਾਂ ਮੈਂ ਤਾਂ ਭਰਾਵਾ ਨਾ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਵੀ ਮੈਨੂੰ ਦੇਵੀ ਵਰਗੀ ਘਰ ਵਾਲੀ ਦੇਤੀ ਉਹਨੇ ਮੇਰਾ ਬਹੁਤ ਇੱਜ਼ਤ ਮਾਣ ਕਰਦੀ ਹੈ ਨਾ ਉਹਨੇ ਵਿਚਾਰੀ ਨੇ ਜ਼ਿੰਦਗੀ 'ਚ ਕਦੇ ਝੂਠ ਬੋਲਿਆ ਆਪਾਂ ਨੂੰ ਤਾਂ ਰੱਬ ਦਾ ਦਰਜਾ ਦਿੱਤਾ ਉਹਨੇ ਫਿਰ ਮੈਂ ਕਿਉਂ ਨਾ ਉਹਦਾ ਖਿਆਲ ਰੱਖਾਂ ਬੇਬੇ ਨੂੰ ਕਹਿੰਦੀ ਫਿਕਰ ਨਾ ਕਰਿਆ ਕਰ ਉਹਦਾ ਨਾ ਨਾ ਕੋਈ ਗੱਲ ਨਹੀਂ ਬਾਈ ਹਾਂ ਭੈਣੇ ਅੱਛਾ
ਮੈਨੂੰ ਲੱਗਦਾ ਤੂੰ ਸਾਰੀਆਂ ਗੱਲਾਂ ਸੁਣ ਲਈਆਂ ਹਨਾ ਭੈਣੇ ਜੱਸੇ ਬਾਈ ਦੀਆਂ। ਹਾਂ ਬਾਈ ਸੁਣ ਲਈਆਂ ਤੇ ਸਾਰੀਆਂ ਗੱਲਾਂ। ਫਿਰ ਤੂੰ ਆਪ ਹੀ ਦੇਖ ਲੈ ਭੈਣੇ ਉਹ ਤੇਰੇ ਤੇ ਕਿੰਨਾ ਵਿਸ਼ਵਾਸ ਕਰਦਾ। ਬਸ ਬਾਈ ਹੁਣ ਮੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ, ਮੈਨੂੰ ਪੂਰੀ ਤਰ੍ਹਾਂ ਸਮਝ ਆ ਗਈ। ਉਹਦੀਆਂ ਗੱਲਾਂ ਸੁਣ ਕੇ ਮੇਰਾ ਹੀ ਬਹੁਤ ਮਨ ਖਰਾਬ ਹੋਇਆ। ਉਹ ਬੰਦਾ ਮੈਨੂੰ ਕੀ ਸਮਝਦਾ ਤੇ ਮੈਂ ਕੀ ਆ। ਬਸ ਬਾਈ ਤੂੰ ਬੇਫਿਕਰ ਹੋ ਜਾ, ਹੁਣ ਮੈਂ ਉਹ ਬੰਦੇ ਦਾ ਵਿਸ਼ਵਾਸ ਕਦੇ ਨਹੀਂ ਤੋੜਦੀ। ਜੇ ਉਹਨੂੰ ਇਹ ਵਿਸ਼ਵਾਸ ਹੈ ਬਾਈ ਵੀ ਮੈਂ ਤੇ ਪੰਮੀ ਭੈਣਾਂ ਵਾਂਗੂ ਰਹਿਣੀ ਆ, ਤਾਂ ਮੈਂ ਉਹਦੇ ਵਿਸ਼ਵਾਸ ਨੂੰ ਹੋਰ ਪੱਕਾ ਕਰੂੰਗੀ। ਮੈਂ ਪੰਮੀ ਨਾ ਬਾਈ ਆਪਦੀਆਂ ਛੋਟੀਆਂ ਭੈਣਾਂ ਵਾਂਗੂ ਰੱਖੂੰਗੀ, ਚਾਹੇ ਪੰਮੀ ਮੇਰੇ ਨਾਲ ਲੜੇ, ਚਾਹੇ ਭਿੜੇ, ਚਾਹੇ ਗਾਲਾਂ ਕੱਢੇ, ਕੁਛ ਮਰਜ਼ੀ ਕਰੇ ਚਾਹੇ ਪੰਮੀ ਮੇਰੇ ਨਾਲ। ਮੈਂ ਉਹ ਸਿੱਧੇ ਸਾਧੇ ਬੰਦੇ ਨੂੰ ਮੂਰਖ ਬਣਾਈ ਜਾਂਦੀ ਤੀ ਜਿਹੜਾ ਮੇਰੇ ਤੇ ਐਡਾ ਵਿਸ਼ਵਾਸ ਰੱਖਦਾ। ਬਸ ਬਾਈ ਤੂੰ ਹੁਣ ਬੇਫਿਕਰ ਹੋ ਜਾ, ਇਹ ਘਰ ਹੁਣ ਸੱਚੀ ਮਿੱਚੀ ਸਵਰਗ ਬਣੂਗਾ। ਬਸ ਠੀਕ ਆ ਭੈਣੇ, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਪੰਮੀ ਬਾਈ ਮੈਂ ਤੇਰੇ ਨਾਲ ਇੱਕ ਗੱਲ ਕਰਨੀ। ਹਾਂ ਬੋਲ। ਮੇਰਾ ਭਾਈ ਨੇ ਜਾਂਦਾ ਹੋਣਾ ਇਹ ਕਹਿ ਕੇ ਗਿਆ, ਜੇ ਪੰਮੀ ਭੈਣ ਨੇ ਮੇਰਾ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਦਿੱਤਾ, ਫਿਰ ਕਿਹੜਾ ਉਹ ਮੇਰੀ ਭੈਣ ਨਹੀਂ ਰਹਿਣੀ, ਜਾਂ ਮੈਂ ਉਹਦਾ ਭਾਈ ਨਹੀਂ ਰਹਿਣਾ। ਨਾਲੇ ਉਹ ਕਹਿੰਦਾ ਪੰਮੀ ਨੂੰ ਕਹੀ ਜਿੰਨੀ ਮੈਨੂੰ ਸੁਖਪਾਲ ਹੈ ਉਨੀ ਉਹ ਮੈਨੂੰ ਪੰਮੀ ਹੈ, ਨਾਲੇ ਮੈਂ ਤੇਰਾ ਜ਼ਿੰਦਗੀ 'ਚ ਭੈਣੇ ਬਹੁਤ ਦਿਲ ਦਿਖਾਇਆ, ਮੈਨੂੰ ਮਾਫ਼ ਕਰੀ। ਅੱਜ ਤੋਂ ਬਾਅਦ ਮੈਂ ਤੇਰੇ ਨਾਲ ਲੜ ਨਹੀਂ ਸਕਦੀ, ਮੇਰਾ ਬੰਦਾ ਮੇਰੇ 'ਤੇ ਬਹੁਤ ਵਿਸ਼ਵਾਸ ਕਰਦਾ, ਮੈਂ ਉਹ ਦੇਵਤੇ ਬੰਦੇ ਦਾ ਵਿਸ਼ਵਾਸ ਨਹੀਂ ਤੋੜ ਸਕਦੀ। ਉਹ ਮੇਰੇ ਭਰਾ ਨਾਲ ਗੱਲਾਂ ਕਰੀ ਜਾਂਦਾ ਸੀ, ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ, ਉਹਨਾਂ ਦੀਆਂ ਗੱਲਾਂ ਸੁਣ ਕੇ ਭੈਣੇ ਮੇਰਾ ਤਾਂ ਕਾਲਜਾ ਬਲੁੰਦ ਰਹਿ ਗਿਆ। ਮੈਂ ਆਖਿਆ ਇਹ ਮੇਰੇ 'ਤੇ ਇੰਨਾ ਵਿਸ਼ਵਾਸ ਕਰਦਾ, ਮੈਂ ਉਹਦੇ ਸਾਹਮਣੇ ਕੀ ਦਿਖਾਵਾ ਕਰਦੀ ਹਾਂ, ਪਿੱਠ ਪਿੱਛੇ ਕੀ। ਮੈਨੂੰ ਮਾਫ਼ ਕਰ ਦੇ ਭੈਣੇ, ਮੈਂ ਅੱਜ ਤੋਂ ਬਾਅਦ ਤੇਰੇ ਨਾਲ ਲੜਦੀ। ਮੈਂ ਤਾਂ ਤੈਨੂੰ ਅੱਜ ਤੋਂ ਦਿਲੋਂ ਛੋਟੀ ਭੈਣ ਸਮਝੂੰਗੀ, ਤੂੰ ਚਾਹੇ ਮੈਨੂੰ ਸਮਝ ਵੱਡੀ ਭੈਣ ਚਾਹੇ ਨਾ ਸਮਝ ਭੈਣੇ। ਮੈਨੂੰ ਨਹੀਂ ਪਤਾ ਪੰਮੀ ਤੂੰ ਸੁਖਪਾਲ ਦੀਆਂ ਗੱਲਾਂ ਸੁਣ ਕੇ ਕੀ ਮਹਿਸੂਸ ਕਰੇ, ਪਰ ਮੈਂ ਤਾਂ ਇਹ ਮਹਿਸੂਸ ਕਰਿਆ ਵੀ ਜਿਹੜਾ ਵੀ ਕੁਛ ਅੱਜ ਬੋਲੀ ਜਾਂਦੀ ਹੈ ਦਿਲੋਂ ਹੀ ਬੋਲੀ ਜਾਂਦੀ ਹੈ। ਹਾਂ ਬੇਬੇ ਮੈਂ ਵੀ ਇਹੀ ਮਹਿਸੂਸ ਕਰਿਆ। ਕੋਈ ਗੱਲ ਨਹੀਂ ਭੈਣੇ, ਸੰਮੇ ਬਾਈ ਤੋਂ ਮੈਂ ਮਾਫ਼ੀ ਮੰਗ ਲੂੰਗੀ ਫੋਨ ਕਰਕੇ। ਤੇਰੀ ਗੱਲ ਸਹੀ ਹੈ ਭੈਣੇ, ਆਪਣੇ ਘਰ ਵਾਲੇ ਕਿੰਨੇ ਸਿੱਧੇ ਸਾਧੇ ਨੇ ਤੇ ਆਪਾਂ ਉਹਨਾਂ ਦਾ ਵਿਸ਼ਵਾਸ ਤੋੜੀ ਜਾਂਦੀ ਹਾਂ। ਬਿੰਦਰ ਵੀ ਮੇਰੇ 'ਤੇ ਬਾਹਲਾ ਵਿਸ਼ਵਾਸ ਕਰਦਾ ਵੀ ਮੈਂ ਉਹਨੂੰ ਕਦੇ ਝੂਠ ਨਹੀਂ ਬੋਲਿਆ। ਅੱਜ ਤੜਕੇ ਤੜਕੇ ਭੈਣੇ ਮੇਰੀਆਂ ਇੰਨੀਆਂ ਤਾਰੀਫਾਂ ਕਰੀ ਜਾਵੇ, ਮੇਰਾ ਤਾਂ ਨਾ ਸੁਣ ਕੇ ਬਾਹਲਾ ਮਨ ਦੁਖੀ ਹੋਇਆ। ਦੇਖ ਆਪਾਂ ਨੂੰ ਬੇਬੇ ਨੇ ਵੀ ਕਿੰਨਾ ਸਮਝਾਇਆ, ਕਮਲ ਨੇ ਵੀ ਸਮਝਾਇਆ, ਪਰ ਆਪਾਂ ਨੂੰ ਸਮਝ ਹੀ ਨਹੀਂ ਆਈ। ਹੁਣ ਦੇਖ ਲੈ ਆਪੇ ਸਮਝ ਆ ਗਈ। ਪਰਮਾਤਮਾ ਦੀ ਸਹੁੰ, ਮੈਂ ਤਾਂ ਆਪ ਤੈਨੂੰ ਕਿਸੇ ਢੰਗ ਨਾਲ ਬੁਲਾਉਣ ਨੂੰ ਫਿਰਦੀ ਸੀ ਭੈਣੇ। ਮੈਨੂੰ ਵੀ ਮਾਫ਼ ਕਰ ਦੇ ਭੈਣੇ ਜੇ ਕਿਤੇ ਮੈਂ ਤੇਰਾ ਦਿਲ ਦਿਖਾਇਆ ਹੋਵੇ। ਹੁਣ ਕੀ ਨਹੀਂ ਹੋ ਸਕਦਾ, ਦਰਾਣੀਆਂ ਜਠਾਣੀਆਂ ਵੀ ਭੈਣਾਂ ਵਾਂਗੂ ਰਹਿ ਸਕਦੀਆਂ ਨੇ ਭੈਣੇ। ਹਾਂ ਰਹਿ ਸਕਦੀਆਂ ਨੇ, ਕਿਉਂ ਨਹੀਂ ਰਹਿ ਸਕਦੀਆਂ। ਆ ਲੈ ਭੈਣੇ ਮੇਰੀ ਚੁੰਨੀ, ਮੈਨੂੰ ਤੇਰੀ ਚੁੰਨੀ ਦੇ, ਅੱਜ ਤੋਂ ਆਪਾਂ ਧਰਮ ਦੀਆਂ ਭੈਣਾਂ ਵਾਲ ਲੱਗੀਆਂ। ਲੈ ਭੈਣੇ ਆ ਲੈ। ਬਸ ਠੀਕ ਹੈ, ਸ਼ਾਬਾਸ਼ ਮੇਰੀਆਂ ਦੋਏ ਧੀਆਂ ਦੇ, ਬਸ ਮੇਰੀਆਂ ਧੀਆਂ ਬਣ ਕੇ ਲਾਜ ਰੱਖਿਓ ਹੁਣ ਇਸ ਰਿਸ਼ਤੇ ਦੀ। ਬੇਫਿਕਰ ਹੋ ਜਾ ਬੇਬੇ, ਇਹ ਰਿਸ਼ਤੇ ਦੀ ਹਮੇਸ਼ਾ ਲਾਜ ਰਹੂਗੀ। ਅਸਲ 'ਚ ਨਾ ਇਹ ਕੰਮ ਸਾਨੂੰ ਪਹਿਲੀ ਕਰ ਲੈਣਾ ਚਾਹੀਦਾ ਸੀ। ਸਹੀ ਗੱਲ ਭੈਣੇ ਤੇਰੀ। ਹਾਂਜੀ ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਹੋ ਪਿੰਡੂ ਬਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਡਾਕਟਰ ਸੌਰਭ ਅਰੋੜਾ ਕੋਟਕਪੂਰਾ, ਮੇਜਰ ਸਿੰਘ ਜੀਂਦ ਹਰਿਆਣਾ, ਕੁਲਦੀਪ ਕੌਰ ਭੁੱਲ ਰਹੇੜੀ ਧੂਰੀ, ਹਰਨੂਰ ਸਿੰਘ ਭਵਾਨੀਗੜ੍ਹ, ਕੁਲਦੀਪ ਕੌਰ USA, ਬਲਦੇਵ ਸਿੰਘ ਭੋਲਾ, ਮਨਜੀਤ ਕੌਰ ਭੋਲੀ ਰਾਜਪੁਰਾ, ਭਾਈ ਰਣਜੀਤ ਸਿੰਘ ਚੋਲਾ ਸਾਹਿਬ, ਕੁਲਵਿੰਦਰ ਕੌਰ ਸਰਾਂ ਬਠਿੰਡਾ, ਮਨਪ੍ਰੀਤ ਕੌਰ ਨਾਭਾ, ਮਿਸਿਜ਼ ਸੁਖਦਰਸ਼ਨ ਕੌਰ, ਅਮਰਜੀਤ ਕੌਰ ਛੱਤੀਸਗੜ੍ਹ, ਮਨਜੀਤ ਚੌਹਾਨ ਰੋਪੜ, ਮਨਜੀਤ ਕੌਰ ਸਾਈਪ੍ਰੈਸ, ਮਾਹੀ ਰੋਪੜ, ਹਰਨਾਮ ਸਿੰਘ ਚੀਮਾ PRTC ਸੰਗਰੂਰ, ਪ੍ਰੇਮ ਗੋਇਲ, ਸਰਬਜੀਤ ਸਿੰਘ ਮਹਿਲ ਕਲਾਂ ਮੋਗਾ, ਮਹਿਲ ਜ਼ਿਲ੍ਹਾ ਮੋਗਾ, ਸ਼ਰਮਾ ਜੀ ਅੰਬਾਲਾ ਕੈਂਟ ਤੋਂ, ਸੁਖਦੀਪ ਰਾਏਕੋਟ, ਮਹਿੰਦਰਪਾਲ ਸਿੰਘ ਨਵਾਂਸ਼ਹਿਰ, ਮਨਜੀਤ ਸਿੰਘ ਬਾਠ ਪਿੰਡ ਬਾਠਾਂ ਖੁਰਦ ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਤੁਹਾਡੇ ਕਮੈਂਟ ਸਾਨੂੰ ਦੇਸੀ ਘਿਓ ਵਾਂਗੂ ਲੱਗਦੇ ਨੇ। ਮਿਹਰਬਾਨੀ ਜੀ, ਸਾਨੂੰ ਥਕੇਵਾ ਨਹੀਂ ਆਉਣ ਦਿੰਦੇ। ਸ਼ੁਕਰੀਆ ਜੀ, ਮਿਹਰਬਾਨੀ।